ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਗੁਰਜੀਤ ਸਿੰਘ ਅਤੇ ਇਹ ਹੈ ਜੀ ਤੁਹਾਡਾ ਆਪਣਾ ਸ਼ੋਅ PTC ਸ਼ੋਕੇਸ। ਦੋਸਤੋ, ਇਸ ਸ਼ੋਅ ਦੇ ਜ਼ਰੀਏ ਮੈਂ ਹਮੇਸ਼ਾ ਤੁਹਾਨੂੰ ਮਿਲਵਾਉਣਾ ਹਾਂ ਕੁਝ ਖਾਸ ਹਸਤੀਆਂ ਦੇ ਨਾਲ, ਅਤੇ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਜੀ ਨਵੀਂ ਪੰਜਾਬੀ ਫਿਲਮ ਯੋਧਾ ਦੀ ਸਟਾਰਕਾਸਟ ਦੇ ਨਾਲ। ਅਤੇ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਆਪਾਂ ਮੁਲਾਕਾਤ ਇਹਨਾਂ ਯੋਧਿਆਂ ਦੇ ਨਾਲ। ਆ ਜਾਓ ਜੀ ਫਿਰ। ਸਤਿ ਸ਼੍ਰੀ ਅਕਾਲ ਕੁਲਜਿੰਦਰ ਭਾਅ ਜੀ, ਅਤੇ ਸਤਿ ਸ਼੍ਰੀ ਅਕਾਲ ਉਨਤੀ। ਸਤਿ ਸ਼੍ਰੀ ਅਕਾਲ ਜੀ, ਅਤੇ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਦੋਨਾਂ ਦਾ ਜੀ PTC ਸ਼ੋਕੇਸ ਦੇ ਵਿੱਚ। ਥੈਂਕ ਯੂ ਵੈਰੀ ਮੱਚ, ਥੈਂਕ ਯੂ। ਅਤੇ ਉਸ ਤੋਂ ਬਾਅਦ ਜੀ ਬਹੁਤ ਬਹੁਤ ਮੁਬਾਰਕਾਂ ਹੈਗੀਆਂ ਜੀ, ਅਤੇ ਮੈਨੂੰ ਬੜਾ ਚੰਗਾ ਫੀਲ ਹੋ ਰਿਹਾ ਕਿ ਸਾਡੇ ਅੱਜ ਦੇ ਸਟੂਡੀਓ ਵਿੱਚ ਇੱਕ ਯੋਧਾ ਪਹੁੰਚਿਆ ਜਿਹਨੇ ਹਮੇਸ਼ਾ ਇੱਕ ਐਕਸਪੈਰੀਮੈਂਟ ਕੀਤਾ ਵੱਖਰਾ ਜਿਹਾ ਜੀ ਪੰਜਾਬੀ ਫਿਲਮ ਇੰਡਸਟਰੀ ਦੇ। ਸੋ ਸਲਿਊਟ ਹੈ ਉਹਦੇ ਲਈ ਤੁਹਾਨੂੰ, ਤੁਹਾਡੇ ਜਿਹੜੇ ਸਪੋਰਟਿੰਗ ਟੀਮ ਹੈਗੀ ਆ। ਥੈਂਕ ਯੂ ਵੈਰੀ ਮੱਚ, ਥੈਂਕ ਯੂ ਜੀ। ਤੇ ਤੋਂ ਪਹਿਲਾਂ ਆਪਾਂ ਤੁਹਾਡੇ ਵੱਲ ਕੁਐਸਚਨ ਨੂੰ ਲੈ ਕੇ ਆਈਏ, ਪਹਿਲਾਂ ਐਜ਼ ਯੂਜੁਅਲ ਮਤਲਬ ਲੇਡੀਜ਼ ਫਸਟ ਨਹੀਂ। ਦੈਟ ਯੂ ਆਰ ਗੋਰਜੀਅਸ ਵਨ, ਥੈਂਕ ਯੂ। ਗੁਜਰਾਤੀ ਕੁੜੀ ਨੇ ਜਿਹਨੇ ਕਿ ਮਿਸ ਇੰਡੀਆ ਦਾ ਮਤਲਬ ਪਾਰਟੀਸਪੇਟ ਕੀਤਾ, ਖਿਤਾਬ ਜਿੱਤਿਆ, ਉਸ ਤੋਂ ਬਾਅਦ ਇੱਕ ਬੰਗਾਲੀ ਫਿਲਮ ਕੀਤੀ, ਅਤੇ ਉਸ ਤੋਂ ਬਾਅਦ ਫਿਰ ਹੁਣ ਪੰਜਾਬੀ ਫਿਲਮ ਕੀਤੀ। ਹਾਂਜੀ, ਹਾਲਾਂਕਿ ਅਕਸਰ ਕੀ ਹੁੰਦਾ ਕਿ ਜਦੋਂ ਕੋਈ ਇੱਦਾਂ ਦਾ ਟਾਈਟਲ ਜਿੱਤਦੇ ਹੈਗੇ ਨੇ ਜਾਂ ਪਾਰਟੀਸਪੇਟ ਕਰਦੇ ਹੈਗੇ ਨੇ ਤਾਂ ਉਹ ਬਾਲੀਵੁੱਡ ਵੱਲ ਰੁੱਖ ਮੋੜਦੇ ਨੇ, ਟਰਾਈ ਕਰਦੇ ਨੇ ਜਾਂ ਫਿਰ ਕੋਸ਼ਿਸ਼ ਕਰਦੇ ਸਾਡੀ ਐਂਟਰੀ ਉੱਥੋਂ ਦੀ ਹੋਵੇ। ਅਤੇ ਫਿਰ ਤੁਸੀਂ ਕਿੱਦਾਂ ਸੋਚਿਆ ਕਿ ਮੈਂ ਮਤਲਬ ਰੀਜਨਲ ਚੈਨਲ ਵੱਲ ਜ਼ਿਆਦਾ ਜਾਵਾਂ? ਮੈਂ ਅਕਸਰ ਫਿਲਮ ਮੈਂ ਕਾਫੀ ਇੰਟਰਸਟਿਡ ਥੀ, ਐਂਡ ਜਬ ਮੁਝੇ ਬੰਗਾਲੀ ਫਿਲਮ ਆਫਰ ਹੋਈ ਤਭੀ ਵੀ ਮੈਂ ਉਤਨੀ ਹੀ ਐਕਸਾਈਟਿਡ ਥੀ ਜਿਤਨੀ ਪੰਜਾਬੀ ਫਿਲਮ ਕੇ ਲਈ ਐਕਸਾਈਟਿਡ ਹੂੰ ਜਾਂ ਆਗੇ ਬਾਲੀਵੁੱਡ ਕੇ ਲਈ ਵੀ ਐਕਸਾਈਟਿਡ ਓਬਵੀਅਸਲੀ ਉਤਾ ਵੀ ਰਹੂੰਗੀ। ਫਿਲਮ ਇਜ਼ ਆਲ ਅਬਾਊਟ ਅ ਪ੍ਰੋਸੈਸ, ਮੈਨੂੰ ਲੱਗਦਾ ਹੈ ਕਿ ਇਟਸ ਅ ਜਰਨੀ ਜੇ ਕੋਈ ਵੀ ਐਕਟਰ ਜਿਉਂਦਾ ਹੈ। ਅਤੇ ਮੇਰਾ ਜਿਹੜਾ ਕੈਰੈਕਟਰ ਹੈ ਨਵਦੀਪ ਦਾ, ਉਹ ਕਾਫੀ ਡਿਫਰੈਂਟ ਸੀਗਾ ਬੰਗਾਲੀ ਕੈਰੈਕਟਰ ਕਿ ਅਗਰ ਮੈਂ ਬਾਤ ਕਰੂੰ ਤਾਂ ਆਈ ਥਿੰਕ ਮੇਰੇ ਲਈ ਤਾਂ ਬਹੁਤ ਹੀ ਅਮੇਜ਼ਿੰਗ ਐਕਸਪੀਰੀਅੰਸ ਹਮੇਸ਼ਾ ਰਹਿਤਾ ਹੈ, ਕਿਉਂਕਿ ਇੱਕ ਨਈ ਟੀਮ ਕੇ ਸਾਥ ਆਪ ਕਾਮ ਕਰਤੇ ਹੋ ਐਂਡ ਪੂਰਾ ਕਾਸਟ ਐਂਡ ਕਰੂ ਰਹਿਤਾ ਹੈ, ਤੋ ਇਟਸ ਐਜ਼ ਬਿਗ ਐਜ਼ ਬਾਲੀਵੁੱਡ। ਬਿਲਕੁਲ, ਐਂਡ ਆਈ ਐਮ ਵੈਰੀ ਸ਼ੋਰ, ਐਂਡ ਹਮ ਸਭ ਕੋ ਪਤਾ ਹੈ ਕਿ ਪੰਜਾਬੀ ਸਿਨੇਮਾ ਇਜ਼ ਨਨ ਲੈਸ ਦੈਨ ਅ ਬਾਲੀਵੁੱਡ ਸਿਨੇਮਾ। ਇਨਫੈਕਟ ਬਾਲੀਵੁੱਡ ਕੇ ਕਾਫੀ ਸਾਰੇ ਸਟਾਰਸ ਯਹਾਂ ਪਰ ਆ ਰਹੇ, ਤੋ ਆਈ ਥਿੰਕ ਵੋ ਜੋ ਇੱਕ ਬੈਰੀਅਰ ਥਾ ਰੀਜਨਲ ਸਿਨੇਮਾ ਕਾ ਕਿ ਹਮਨੇ ਪੰਜਾਬੀ ਸਿਨੇਮਾ ਹੋ ਗਿਆ ਜਾਂ ਬੰਗਾਲੀ ਸਿਨੇਮਾ ਹੋ ਗਿਆ, ਆਈ ਥਿੰਕ ਉਹ ਬੈਰੀਅਰ ਅਬ ਹੈ ਨਹੀਂ, ਐਜ਼ ਲੌਂਗ ਐਜ਼ ਆਪ ਐਜ਼ ਅ ਐਕਟਰ ਆਪ ਆਪਣੇ ਆਪ ਕੋ ਪ੍ਰੂਵ ਕਰਤੇ। ਸਹੀ ਗੱਲ ਹੈ, ਸੋ ਆਈ ਥਿੰਕ ਦੈਟ ਟੂ ਹਮੇਸ਼ਾ ਡਿਫਰੈਂਟ ਡਿਫਰੈਂਟ ਕਲਚਰਸ ਵਿੱਚ ਜਾ ਕੇ ਉਹਨਾਂ ਨੇ ਸ਼ੂਟ ਕਰਨਾ ਹੈਗਾ ਨਹੀਂ, ਹਾਂਜੀ, ਉਹ ਇੱਕ ਵੱਖਰਾ ਤਜਰਬਾ ਹੈਗਾ। ਅਤੇ ਉਹ ਤੋਂ ਵੀ ਭਾਅ ਜੀ ਉੱਪਰ ਵੱਡੀ ਗੱਲ ਹੈ ਜੀ, ਮੈਂ ਜਿਹੜੀ ਤਾਰੀਫ ਕਰਨੀ ਚਾਹਾਂਗਾ ਕਿ ਤੁਸੀਂ ਹਿੰਦੀ ਬੋਲਦੇ ਬੋਲਦੇ ਜਿਹੜਾ ਪੰਜਾਬੀ ਬੋਲ ਰਹੇ ਨਾ ਮਿੱਠੀ ਮਿੱਠੀ, ਕੋਸ਼ਿਸ਼ ਕਰਦੀ ਆ, ਇਹ ਤਾਂ ਸ਼ਰਮ ਆ ਗਈ ਇੱਥੇ ਆ ਕੇ, ਅਦਰਵਾਈਜ਼ ਸੋਹਣੀ ਪੰਜਾਬੀ ਬੋਲ ਲੈਂਦੀ ਆ ਜੀ। ਬਹੁਤ ਵਧੀਆ ਲੱਗਦਾ ਨਾ ਹਲਕੀ ਹਲਕੀ ਮਿੱਠੀ ਮਿੱਠੀ ਪੰਜਾਬੀ ਜੀ ਵਿੱਚ, ਮੈਨੂੰ ਲੱਗਦਾ ਹੈ ਕਿ ਦੋਨੋਂ ਪੰਜਾਬੀ ਬੈਠੇ ਤੇ ਮੁਝਸੇ ਗਲਤੀ ਹੋ ਜਾਏਗੀ ਚੈਨਲ ਪੇ, ਗਲਤੀ ਹੋ ਜਾਏਗੀ। ਨਹੀਂ ਨਹੀਂ, ਕੋਈ ਟੈਨਸ਼ਨ ਨਹੀਂ ਲੈਣੀ, ਬਿੰਦਾਸ ਖੁੱਲ ਕੇ, ਪੰਜਾਬੀ ਵੈਸੇ ਖੁੱਲੇ ਦਿਲ ਦੇ ਹੁੰਦੇ ਨੇ ਤਾਂ ਖੁੱਲ ਕੇ ਤੁਸੀਂ ਪੰਜਾਬੀ ਬੋਲਿਓ, ਜਿੰਨੀ ਕੁ ਵੀ ਬੋਲਣੀ ਹੈਗੀ ਰੱਜ ਕੇ ਬੋਲਿਓ, ਬਾਕੀ ਆਪਾਂ ਹੈਗਾ ਸੰਭਾਲ ਲਓ, ਇਹਨੇ ਟੰਗ ਤੋੜਦੇ ਨਹੀਂ ਪੰਜਾਬੀ ਦੀ, ਇਹਨੂੰ ਨਾ ਖੋਲਦੇ। ਨਹੀਂ ਨਹੀਂ, ਟਰਾਈ ਕਰੀ, ਕੋਈ ਨਹੀਂ, ਟਰਾਈ ਟਰਾਈ, ਕੋਈ ਨਹੀਂ। ਬਿਲਕੁਲ ਬਿਲਕੁਲ, ਆਪਾਂ ਹੈਗੇ। ਅਤੇ ਕੁਲਜਿੰਦਰ ਭਾਈ, ਤੁਸੀਂ ਦੱਸੋ, ਸਾਡਾ ਹੱਕ ਇੱਕ ਨਵਾਂ ਐਕਸਪੈਰੀਮੈਂਟ ਸੀਗਾ ਪੰਜਾਬੀ ਇੰਡਸਟਰੀ ਦੇ ਵਿੱਚ, ਦਿੱਖ ਵਾਈਜ਼ ਇੱਕ ਜਿਹੜਾ ਹੀਰੋ ਨੇ ਆਉਣਾ, ਇੱਕ ਸਰਦਾਰ ਫੁੱਲ ਫਲੈਜ ਉਹ ਕਰੈਕਟਰ ਦੇ ਵਿੱਚ ਆਉਣਾ ਤੁਸੀਂ ਕਿ ਨਹੀਂ, ਮੈਨੂੰ ਇਹ ਵੀ ਪਤਾ ਹੈਗਾ ਕਿ ਤੁਸੀਂ ਵੈਸੇ ਸਰਦਾਰ ਮਤਲਬ ਜਿਹੜਾ ਕਟਸਡ ਹੈਗੇ ਹੋ ਜੀ, ਬਟ ਇੱਕ ਕਰੈਕਟਰ ਕਰਨ ਦੇ ਲਈ ਤੁਸੀਂ ਆਪਣੇ ਨੂੰ ਢਾਲਿਆ ਸੀਗਾ, ਉਹਦੇ ਵਿੱਚ ਸਰਦਾਰ ਬਣੇ ਸੀਗੇ ਪ੍ਰੋਪਰ, ਉਹ ਜੀਆ ਹੈਗਾ ਕਰੈਕਟਰ ਤੁਸੀਂ ਹੋ, ਉਸ ਤੋਂ ਬਾਅਦ ਲੈ ਕੇ ਹੁਣ ਤੱਕ ਤੁਸੀਂ ਕੀ ਚੇਂਜ, ਸਭ ਤੋਂ ਵੱਡਾ ਕਿਹੜਾ ਚੇਂਜ ਫੀਲ ਕੀਤਾ ਆਪਣੇ ਆਪ ਵਿੱਚ?
ਚੇਂਜ ਇਹ ਆਇਆ ਗੁਰਜੀਤ ਕਿ ਪੀ ਟੀ ਸੀ ਫਿਲਮ ਅਵਾਰਡਸ ਜਦੋਂ ਮੈਂ ਦੇਖਦਾ ਸੀ ਜਾਂ ਹੋਰ ਵੀ ਜਿਹੜੇ ਬਾਕੀ ਅਵਾਰਡਸ ਬਾਲੀਵੁੱਡ ਦੇ ਵੀ ਚੱਲਦੇ ਆ ਅਤੇ ਮੈਨੂੰ ਨਾ ਬੈੱਡ 'ਤੇ ਬੈਠਿਆਂ ਬੈਠਿਆਂ ਬੜੀ ਖੁਜਲੀ ਹੁੰਦੀ ਖੁਰਕ ਹੁੰਦੀ ਮਤਲਬ ਇਹ ਇੱਕ ਸਾਲ ਦੋ ਸਾਲ ਨਹੀਂ ਪਿਛਲੇ 8-10 ਸਾਲ ਤੋਂ ਮੈਂ ਦੇਖਦਾ ਆ ਰਿਹਾ ਕਿ ਯਾਰ ਕਦੀ ਮੈਂ ਵੀ ਉਸ ਲੈਵਲ 'ਤੇ ਪਹੁੰਚਣਾ ਅਤੇ ਉਹ ਸਾਡਾ ਹੱਕ ਤੋਂ ਬਾਅਦ ਸੁਪਰ ਡੁਪਰ ਹਿੱਟ ਫਿਲਮ ਹੋਈ ਅਵਾਰਡਸ ਮਿਲੇ ਪੀ ਟੀ ਸੀ ਵੱਲੋਂ 2 ਅਵਾਰਡਸ ਮਿਲੇ ਬੈਸਟ ਸਕਰੀਨ ਪਲੇ ਰਾਈਟਰ ਦਾ ਬੈਸਟ ਐਕਟਰ ਦਾ ਸੋ ਉਹ ਕੰਟੈਂਟਮੈਂਟ ਆ ਗਈ ਹੈ ਹੁਣ ਜਿਹਦਾ ਵਿੱਚ ਡੈਫੀਨੇਟਲੀ ਵੀ ਹੈਵ ਟਰਾਈਡ ਵੈਰੀ ਹਾਰਡ ਟੂ ਡੂ ਸਮਥਿੰਗ ਐਕਸਟਰਾ ਬਟ ਆਲਰੇਡੀ ਮੈਨੂੰ ਇੱਕ ਨਾ ਸੈਟਿਸਫੈਕਸ਼ਨ ਹੈ ਇੰਟਰਨਲੀ ਕੰਟੈਂਟਮੈਂਟ ਹੈ ਲੋਕ ਪਛਾਣਦੇ ਨੇ ਜਿਹੜੀ ਚੀਜ਼ ਚਾਹੀਦੀ ਹੁੰਦੀ ਸੈਟਿਸਫੈਕਸ਼ਨ ਮਿਲਦੀ ਹੁਣ ਕਾਫੀ ਆਪਣੇ ਆਪ ਨਾਲ ਕਿ ਹਾਂ ਇਸ ਦੁਨੀਆ 'ਚ ਆ ਕੇ ਥੋੜ੍ਹਾ ਜਿਹਾ ਠੀਕ ਠਾਕ ਕਰ ਲਿਆ ਕੰਮ ਵਾਕੇ ਉੱਨਤੀ ਤੁਸੀਂ ਇਹ ਦੱਸੋ ਮੈਨੂੰ ਕੀ ਹੁਣ ਤੁਹਾਡਾ ਇੱਕ ਤਾਂ ਨਾਮ ਬੜਾ ਵੱਖਰਾ ਜਿਹਾ ਪਿਆਰਾ ਮੈਨੂੰ ਬੋਲਦੇ ਹੋਏ ਬੜਾ ਵਧੀਆ ਲੱਗਿਆ ਉੱਨਤੀ ਆਪਣੇ ਆਪ 'ਚ ਇੱਕ ਨਾ ਪ੍ਰੋਗਰੈਸਿਵ ਜਿਹਾ ਨਾਮ ਹੈਗਾ ਓਬਵੀਅਸਲੀ ਕਿ ਨਹੀਂ 29 ਵੀ ਕਹਿ ਦਿਓ ਇਹਦਾ ਨਾਂ ਅਸੀਂ 29 ਰੱਖੇ ਸੀ ਲੱਗਦਾ ਥਾ ਵੀ ਆ ਸਿਆਵਾ ਜਾਣੇ ਵਾਲੀ ਕਿ 29 ਇੱਕ ਕਿੱਸਾ ਹੋਇਆ ਸੀ ਜਬ ਮੈਂ ਸੈੱਟ ਪਰ ਆਈ ਤਾਂ ਸਾਰੇ ਪੁੱਛਣੇ ਲੱਗ ਗਏ ਹਾਂਜੀ ਤੁਹਾਡਾ ਨਾਮ ਕੀ ਨਾਂ ਕੀ ਅਤੇ ਮੈਂ ਕਹਿ ਰਹੀ ਹਾਂ ਕਿ ਹਾਂਜੀ 29 ਨਾਮ ਹੈ ਅਗਲੇ ਦਿਨ ਮੇਰੀ ਵੈਨਿਟੀ ਕੇ ਬਾਹਰ 29 ਲੱਗ ਗਿਆ ਔਰ ਮੈਨੂੰ ਸਮਝ ਨਹੀਂ ਆਇਆ ਕਿ 29 ਕਿਉਂ ਲਿਖਾ ਹੋਇਆ ਹੈ ਮਤਲਬ ਇਹ ਮੇਰੀ ਵੈਨਿਟੀ ਹੈ ਕਿ ਨਹੀਂ ਅਤੇ ਇੱਕ ਏਡੀ ਆਤਾ ਹਮਾਰਾ ਔਰ ਕਹਿੰਦਾ ਹੈ ਉਹ ਜੀ ਕੋਈ ਨਾ ਜੀ 25, 26, 27, 28 ਅਤੇ 29 ਮੈਨੂੰ ਹਾਂ ਯਾਰ 29 ਹੈ ਨਾ ਇਟ ਵਾਜ਼ ਵੈਰੀ ਫਨੀ ਇਹਦਾ ਮਤਲਬ ਫਿਰ ਥਰੂ ਆਊਟ ਜਦੋਂ ਮੂਵੀ ਸ਼ੂਟ ਚੱਲ ਰਿਹਾ ਫਿਰ ਇਹ ਤਾਂ ਇੱਕ ਪ੍ਰੈਂਕ ਟਾਈਪ ਹੀ ਬਣ ਗਿਆ ਕਿ ਨਹੀਂ 29 ਇੱਕ ਵੱਖਰਾ ਤੁਹਾਨੂੰ ਉਹ ਦਿੱਤਾ ਉਹਨਾਂ ਨੇ ਤੁਹਾਡੇ ਨਾਮ ਨੂੰ ਇੱਕ ਵੱਖਰੀ ਪਹਿਚਾਣ ਜੀ ਦਿੱਤੀ ਹੈਗੀ ਵੈਸੇ 29 ਸਾਲਾਂ ਦੀ ਨਹੀਂ ਹੈਗੀ ਇਹ 26 ਦੀ ਆ ਉਹ ਵੀ ਪਤਾ ਨਹੀਂ ਦੱਸਣਾ ਚਾਹੀਦਾ ਸੀ ਮੈਨੂੰ ਕਿ ਨਹੀਂ ਇਹ ਪਤਾ ਨਹੀਂ ਲੱਗਾ ਤੁਹਾਡੀ ਉਮਰ ਦੱਸ ਰਹੇ ਸੀ ਇਹ ਕਹਿੰਦੇ ਵੀ ਹਾਲ ਤਾਂ ਬਹੁਤ ਯੰਗ ਹੈ ਸਵੀਟ 16 ਹਾਂ ਦਿਲ ਰੱਖ ਲਓ ਅੱਛਾ ਹੁਣ ਮੈਂ ਤੁਹਾਨੂੰ 29 ਕਵਾਂ ਕਿ 29 ਕਵਾਂ 29 ਪ੍ਰੋਗਰੈਸ ਵਾਲਾ 29 ਅੱਛਾ ਜਦੋਂ ਫਿਲਮ ਦੀ ਸਕ੍ਰਿਪਟ ਤੁਹਾਡੇ ਕੋਲ ਆਈ ਹੈਗੀ ਹੈ ਕਿ ਨਹੀਂ ਤਾਂ ਕਿਹੜੀ ਇੱਕ ਚੀਜ਼ ਸੀਗੀ ਇਸ ਫਿਲਮ ਦੇ ਬਾਰੇ ਜਿਹੜੀ ਅਟਰੈਕਟ ਕੀਤੀ ਹੈ ਤੁਹਾਨੂੰ ਹੋਇਆ ਕਿ ਲੈਟਸ ਡੂ ਇਟ ਜਬ ਮੈਂ ਇਸਕੇ ਆਡੀਸ਼ਨ ਕੇ ਲਈ ਗਈ ਥੀ ਬੰਬੇ ਮੈਂ ਤਬ ਮੈਨੂੰ ਪੰਜਾਬੀ ਬਿਲਕੁਲ ਵੀ ਨਹੀਂ ਆਤੀ ਥੀ ਐਂਡ ਅਭੀ ਵੀ ਥੋੜ੍ਹੀ ਬਹੁਤ ਡਿਫੀਕਲਟੀ ਹੋਤੀ ਮੈਂ ਕੋਸ਼ਿਸ਼ ਕਰਤੀ ਆ ਤਾਂ ਮੈਂ ਪੰਜਾਬੀ 'ਚ ਗੱਲ ਕਰੂੰ ਲੇਕਿਨ ਮੈਨੂੰ ਉਹ ਸ਼ਬਦ ਨਹੀਂ ਮਿਲ ਪਾਤੇ ਤਾਂ ਮੈਨੂੰ ਅਕਸਰ ਬੁੱਕ ਲੈ ਕੇ ਜਾਣਾ ਪੜਤਾ ਹਰ ਜਗ੍ਹਾ ਤੋ ਜਬ ਮੈਨੂੰ ਇਹ ਸਕ੍ਰਿਪਟ ਮਿਲੀ ਥੀ ਤਬ ਮੈਂ ਕਿਸੀ ਕੋ ਵੀ ਨਹੀਂ ਜਾਣਤੀ ਥੀ ਮੈਂ ਪੰਜਾਬੀ ਸਿਨੇਮਾ ਫੋਲੋ ਕਰਤੀ ਥੀ ਲੇਕਿਨ ਜੈਸੀ ਮੈਨੇ ਫਿਲਮ ਸਾਈਨ ਕੀ ਤੋ ਸਾਡਾ ਹੱਕ ਦੇਖੀ ਐਂਡ ਮੈਨੂੰ ਕਾਫੀ ਅਟਰੈਕਟਿਵ ਲਗਾ ਕਾਸਟ ਐਂਡ ਕਰੂ ਕਿਉਂਕਿ ਸਕ੍ਰਿਪਟ ਵੀ ਬਹੁਤ ਹੀ ਜ਼ਿਆਦਾ ਸਟਰੋਂਗ ਥੀ ਬਿਕੋਜ਼ ਰੀਅਲ ਲਾਈਫ ਇੰਸੀਡੈਂਟ ਮੇ ਬੇਸਡ ਹੈ ਹਮਾਰੀ ਫਿਲਮ ਤੋ ਐਂਡ ਇਨਕੀ ਜੋ ਲਾਸਟ ਫਿਲਮ ਥੀ ਸਾਡਾ ਹੱਕ ਵੋ ਵੀ ਕ੍ਰਿਟੀਕਲੀ ਕਾਫੀ ਅਕਲੇਮ ਥੀ ਐਂਡ ਇੰਟਰਨੈਸ਼ਨਲੀ ਵੀ ਕਾਫੀ ਅਪਲੋਜ਼ ਮਿਲੇ ਥੇ ਸਾਡਾ ਹੱਕ ਕੋ ਐਂਡ ਆਈ ਵਾਜ਼ ਰੀਅਲੀ ਐਕਸਾਈਟਿਡ ਟੂ ਵਰਕ ਵਿਦ ਸਿੱਧੂ ਸਰ ਐਂਡ ਮਨਦੀਪ ਜੀ ਐਂਡ ਇਨ ਲੋਕ ਕੀ ਟੀਮ ਮੈਂ ਨਹੀਂ ਆ ਰਹੀ ਥੀ ਤਾਂ ਮੈਨੂੰ ਥੋੜ੍ਹਾ ਸਾ ਲੱਗ ਰਿਹਾ ਥਾ ਕਿ ਹਾਂ ਮੈਂ ਨੋਨ ਪੰਜਾਬੀ ਹੂੰ ਤਾਂ ਮੈਂ ਕੈਸੇ ਕਰੂੰਗੀ ਕਰੂ ਕੈਸੇ ਹੋਊਗਾ ਬੋਂਬੇ ਜੈਸੇ ਹੋਊਗਾ ਬਿਕੋਜ਼ ਫੋਰ ਮੀ ਐਵਰੀਥਿੰਗ ਵਾਜ਼ ਨਿਊ ਤਾਂ ਮੈਂ ਆਪਣਾ ਮਾਇੰਡ ਮੇਕਅਪ ਕਰਕੇ ਆਈ ਥੀ ਨਹੀਂ ਮੈਨੇ ਆਰਾਮ ਨਾਲ ਸਾਰੀ ਚੀਜ਼ਾਂ ਕਰਨੀ ਹੈ ਇੱਕ ਮਹੀਨੇ ਪਹਿਲੇ ਮੈਂ ਸਕ੍ਰਿਪਟ ਕੀ ਰਿਹਰਸਲ ਕਰਨਾ ਸ਼ੁਰੂ ਕਰਦੀ ਥੀ ਤੋ ਆਈ ਥਿੰਕ ਓਵਰਆਲ ਐਕਸਪੀਰੀਅੰਸ ਮੇਰੇ ਲਈ ਇਸ ਫਿਲਮ ਕੋ ਸਿਲੈਕਟ ਕਰਨੇ ਕਾ ਸਿਰਫ ਇਹੀ ਥਾ ਕਿ ਸਕ੍ਰਿਪਟ ਬਹੁਤ ਸਟਰੋਂਗ ਹੈ ਇਨਫੈਕਟ ਜਬ ਆਪ ਸਕ੍ਰਿਪਟ ਦੇਖੇਂਗੇ ਵੀ ਆਪ ਫਿਲਮ ਦੇਖੇਂਗੇ ਤੋ ਆਪਕੋ ਲੱਗੇਗਾ ਕਿ ਨਹੀਂ ਇਟਸ ਅ ਵੈਰੀ ਵੈਰੀ ਨਾਈਸ ਮੋਟੀਵੇਟਿੰਗ ਫਿਲਮ ਫੋਰ ਪੰਜਾਬੀ ਆਡੀਅੰਸ ਐਂਡ ਇਨਫੈਕਟ ਫੋਰ ਐਵਰੀਵਨ ਵੀ ਆਲ ਆਰ ਲੁਕਿੰਗ ਫੋਰ ਇਟ ਆਈ ਮੀਨ ਕਿ ਕਿਹੜਾ ਨਵਾਂ ਧਵਾਕਾ ਭਾਜੀ ਉਹਨੇ ਲੈ ਕੇ ਆ ਰਹੇ ਸਾਰੇ ਕਿ ਨਹੀਂ ਹੈ ਜਿੰਦਰ ਸਿੰਧੂ ਐਂਡ ਦ ਟੀਮ ਅੱਛਾ ਭਾਜੀ ਇੱਕ ਗੱਲ ਹੈਗੀ ਹੈ ਕਿ ਜਦੋਂ ਤੁਹਾਨੂੰ ਸਕਰੀਨ 'ਤੇ ਤੁਹਾਡਾ ਟ੍ਰੇਲਰ ਜਾਂ
ਪੋਸਟਰ ਤਾਂ ਲਾਂਚ ਹੋਇਆ ਵੱਖਰੀ ਗੱਲ ਉਹਨੂੰ ਤੁਹਾਡੀ ਪਿੱਠ ਦਿਖਾਈ ਸੀ ਪੋਸਟਰ ਦੇ ਵਿੱਚ ਬਟ ਜਦੋਂ ਟ੍ਰੇਲਰ ਸਾਹਮਣੇ ਆਇਆ ਟੱਕ 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 ਹੌਲੀ ਹੌਲੀ ਉੱਤੇ ਆ ਰਹੇ ਹੋ ਇੱਕ ਐਪ ਦੂਸਰਾ ਐਪ ਤੀਸਰਾ ਤਾਂ ਐਪਸ ਨਜ਼ਰ ਆ ਰਹੇ ਨੇ ਕਿ ਨਹੀਂ ਤਾਂ ਉਹ ਜਦੋਂ ਦੇਖਿਆ ਹੈਰਾਨੀ ਤਾਂ ਹੋਈ ਹੈ ਸਾਰੇ ਇੰਡਸਟਰੀ ਕਿਉਂਕਿ ਪਹਿਲੀ ਵਾਰ ਕਿਸੇ ਨੇ ਇੱਦਾਂ ਦਾ ਐਫਰਟ ਕੀਤਾ ਹਿੰਮਤ ਕੀਤੀ ਹੈਗੀ ਹੈ ਹੈਰਾਨੀ ਵੀ ਸੀਗੀ ਖੁਸ਼ੀ ਵੀ ਸੀਗੀ ਆਡੀਅੰਸ ਦੇ ਪੁਆਇੰਟ ਆਫ ਵਿਊ ਅਤੇ ਤੁਸੀਂ ਲੋਕਾਂ ਨੂੰ ਹੈਰਾਨ ਕਰਨ ਦੇ ਕਿੰਨੀ ਤਿਆਰੀ ਅਤੇ ਕਿੱਦਾਂ ਤਿਆਰੀ ਕੀਤੀ ਹੈ ਬੇਸਿਕਲੀ ਗੁਰਜੀਤ ਲੋਕਾਂ ਨੂੰ ਹੈਰਾਨ ਕਰਨ ਦਾ ਮਕਸਦ ਨਹੀਂ ਸੀ ਮਕਸਦ ਸੀਗਾ ਕਿ ਜਿਹੜਾ ਕਰੈਕਟਰ ਸੀ ਯੋਧਾ ਜੀ ਜਦੋਂ ਮੈਂ ਮਨਦੀਪ ਅਤੇ ਗਿੱਲ ਸਾਹਿਬ ਬੈਠੇ ਅਤੇ ਕਰੈਕਟ ਇਹ ਡਿਸਾਈਡ ਹੋਇਆ ਟਾਈਟਲ ਕਿ ਯੋਧਾ ਆਪਾਂ ਰੱਖਦੇ ਹਾਂ ਇਸ ਫਿਲਮ ਦਾ ਟਾਈਟਲ ਅਤੇ ਮੈਂ ਉਸ ਦਿਨ ਤੋਂ ਹੀ ਟੈਨਸ਼ਨ 'ਚ ਆ ਗਿਆ ਕਿ ਯਾਰ ਹੁਣ ਯੋਧਾ ਰੱਖ ਲਿਆ ਟਾਈਟਲ ਅਤੇ ਇਹਨੂੰ ਜਸਟੀਫਾਈ ਕਰਨਾ ਜ਼ਰੂਰੀ ਹੈ ਬਿਲਕੁਲ ਸੋ ਉਸ ਦਿਨ ਹੀ ਮੈਂ ਇਹਨਾਂ ਨਾਲ ਡਿਸਕਸ ਕੀਤਾ ਮਨਦੀਪ ਹੁਣਾਂ ਨਾਲ ਅਤੇ ਗਿੱਲ ਸਾਹਿਬ ਨਾਲ ਕਿ ਮੈਨੂੰ ਹੁਣ ਘੱਟੋ ਘੱਟ 6-7 ਮਹੀਨੇ ਦੇ ਦਿਓ ਟੂ ਪ੍ਰਪੇਅਰ ਦਿਸ ਕਰੈਕਟਰ ਐਕਚੁਅਲੀ ਅਸੀਂ ਫਲੋਰ 'ਤੇ ਜਾਣਾ ਚਾਹੁੰਦੇ ਸੀ ਸਪੈਸ਼ਲੀ ਮਨਦੀਪ ਜੀ ਕਿ ਆਪਾਂ ਜਨਵਰੀ ਦੇ ਵਿੱਚ ਸ਼ੂਟ ਸ਼ੁਰੂ ਕਰਾਂਗੇ ਓਕੇ ਵਧੀਆ ਵਧੀਆ ਜਿਹਾ ਟਾਈਮ ਦੇ ਵਿੱਚ ਮੈਂ ਕਿਹਾ ਨਹੀਂ ਮੈਂ ਹੁਣ ਧੁੱਪ 'ਚ ਸਾੜੂੰਗਾ ਤੁਹਾਨੂੰ ਸੋ ਮੇਰੇ ਕਰਕੇ ਸ਼ੂਟ ਲੇਟ ਵੀ ਹੋਇਆ ਅਪ੍ਰੈਲ ਤੱਕ ਸੋ ਉਹ ਡੈਫੀਨੇਟਲੀ ਬਹੁਤ ਜ਼ਬਰਦਸਤ ਰੈਗੂਲਰਸ ਹਾਰਡਵਰਕ ਸੀਗਾ 5 ਘੰਟੇ ਮੈਂ ਸਵੇਰੇ ਜਿੰਮ ਜਾਂਦਾ ਸੀ 1.5 ਘੰਟੇ ਦੀ ਮੇਰੀ ਈਵਨਿੰਗ ਕਲਾਸ ਹੁੰਦੀ ਸੀ ਗੱਤਕੇ ਦੀ ਸੋ ਡੇ ਟਾਈਮ ਜਿਹੜਾ ਮਿਲਦਾ ਸੀ 3-4 ਘੰਟੇ ਉਹ ਫਿਰ ਮਨਦੀਪ ਜੀ ਅਤੇ ਗਿੱਲ ਸਾਹਿਬ ਨਾਲ ਸਿਟਿੰਗਸ ਹੁੰਦੀਆਂ ਸੀ ਸਕ੍ਰਿਪਟ ਦੇ ਉੱਪਰ ਸੋ ਇਟ ਵਾਜ਼ ਵੈਰੀ ਟਫ ਟਾਈਮ ਜਿਹੜਾ ਉਹ 7 ਮਹੀਨਿਆਂ ਦਾ ਸੀਗਾ ਬਟ ਜੋ ਹੁਣ ਰਿਜ਼ਲਟ ਜਿਵੇਂ ਤੁਸੀਂ ਹੁਣ ਡਿਸਕ੍ਰਿਪਸ਼ਨ ਦਿੱਤੀ ਹੈ ਇੱਕ ਐਪ ਦੂਜਾ ਅਤੇ ਉਹ ਹੁਣ ਸੁਣ ਕੇ ਕੰਪਲੀਮੈਂਟਸ ਮਜ਼ਾ ਆ ਰਿਹਾ ਵਧੀਆ ਐਂਡ ਸਕਰੀਨ ਦੇ ਉੱਪਰ ਆਊਟਪੁੱਟ ਬਹੁਤ ਅੱਛੀ ਆਈ ਹੈ ਨੋ ਡਾਊਟ ਨੋ ਡਾਊਟ ਮੈਂ ਹਮੇਸ਼ਾ ਮਤਲਬ ਦਿਲੋਂ ਮੈਂ ਪਰਸਨਲੀ ਹਮੇਸ਼ਾ ਉਸ ਬੰਦੇ ਨੂੰ ਸਰਾਉਣਾ ਕੰਮ ਦੇ ਵਿੱਚ ਸਕਸੈਸ ਮਿਲਣੀ ਨਾ ਮਿਲਣੀ ਉਹ ਬਾਅਦ ਦੀ ਗੱਲ ਹੈ ਬਟ ਐਫਰਟਸ ਕਰਨੇ ਉਹ ਇੱਕ ਜ਼ਬਰਦਸਤ ਐਫਰਟਸ 100% ਹੋਣਾ ਚਾਹੀਦਾ ਦੈਟ ਇਜ਼ ਵੈਰੀ ਇੰਪੋਰਟੈਂਟ ਯੂ ਆਲਵੇਸ ਗਿਵ ਯੂਰ 100% ਫਿਰ ਐਗਜ਼ੈਕਟਲੀ ਰੱਬ ਵੀ ਅੱਗੋਂ 100% ਦਿੰਦਾ ਦੈਟਸ ਵਾਟ ਮਾਈ ਬਲੀਫ ਇਜ਼ ਨੋ ਡਾਊਟ ਅੱਛਾ ਭਾਜੀ ਤੁਸੀਂ ਸਾਡਾ ਹੱਕ ਵਿੱਚ ਵੀ ਇੱਕ ਸੰਪੂਰਨ ਜਿਹੜਾ ਸਰਦਾਰ ਜਿਹੜਾ ਸਿੱਖ ਦਾ ਕਰਦਾਰ ਸੀ ਉਹ ਨਿਭਾਇਆ ਸੀਗਾ ਉਸ ਤੋਂ ਬਾਅਦ ਹੁਣ ਵੀ ਤੁਸੀਂ ਉਹੀ ਇੱਕ ਰੂਪ ਲੈ ਕੇ ਆ ਰਹੇ ਸਾਹਮਣੇ ਤਾਂ ਇਹਦੇ ਵਿੱਚ ਕੋਈ ਇੱਕ ਕਾਰਨ ਰਿਹਾ ਹੈਗਾ ਕਿ ਤੁਸੀਂ ਵੀ ਇਹ ਕਿਰਦਾਰ ਇਹੀ ਦਿੱਖ ਦੇ ਵਿੱਚ ਆਉਣਾ ਹੈਗਾ ਸਾਹਮਣੇ ਕੋਈ ਰੀਜ਼ਨ ਇਹਦੇ ਵਿੱਚ ਵੀ ਦੋਨੇ ਫਿਲਮਾਂ ਵਿੱਚ ਤੁਸੀਂ ਇੱਦਾਂ ਆਏ ਹੋ ਨਹੀਂ ਰੀਜ਼ਨ ਮੇਜਰ ਮੋਟਾ ਮੋਟਾ ਰੀਜ਼ਨ ਤਾਂ ਇਹ ਹੈ ਕਿ ਅੰਦਰ ਮੇਰੇ ਸਿੱਖੀ ਹੈਗੀ ਹੈ ਕਾਫੀ ਕਿਸੇ ਟਾਈਮ ਬਹੁਤ ਜ਼ਿਆਦਾ ਸੀ ਪਰ ਹੁਣ ਨਹੀਂ ਹੈ ਐਂਡ ਦੂਸਰਾ ਜਦੋਂ ਕਰੈਕਟਰ ਮਿਲਦਾ ਹੈ ਜਦੋਂ ਸਾਡਾ ਹੱਕ ਵਿੱਚ ਵੀ ਕਰਤਾਰ ਸਿੰਘ ਦਾ ਕਰੈਕਟਰ ਡਿਸਾਈਡ ਹੋਇਆ ਸੀ ਇਟ ਵਾਜ਼ ਇੰਸਪਾਇਰਡ ਫਰੋਮ ਅ ਰੀਅਲ ਕਰੈਕਟਰ ਸੋ ਉਹ ਜਿਹੜੀ ਗੱਲ ਅਸੀਂ ਕਹਿਣੀ ਚਾਹ ਰਹੇ ਸੀਗੇ ਉਹਦੇ ਲਈ ਉਹ ਕਰੈਕਟਰ ਦੀ ਡਿਮਾਂਡ ਸੀ ਕਿ ਹੈਜ਼ ਟੂ ਬੀ ਪ੍ਰੋਪਰ ਸਾਬਤ ਸੂਰਤ ਉਹਦਾ ਜਦੋਂ ਅਸੀਂ ਯੰਗ ਵਰਜ਼ਨ ਦਿਖਾਇਆ ਸੀਗਾ ਜਿਹੜਾ ਕਾਲਜ ਡੇਜ਼ ਇੱਕ ਰੋਮੈਂਟਿਕ ਟਰੈਕ ਵੀ ਸੀਗਾ ਉਦੋਂ ਫਿਰ ਮੈਂ ਦਾੜੀ ਕੱਟ ਕੇ ਅਤੇ ਉਹਨੂੰ ਉਸ ਉਹਦੇ ਯੰਗ ਡੇਜ਼ ਪਲੇ ਕੀਤੇ ਸੀਗੇ ਸੋ ਮਤਲਬ ਅਕੋਰਡਿੰਗਲੀ ਆਈ ਮੀਨ ਕਰੈਕਟਰ ਹੁਣ ਮੈਨੂੰ ਉੱਥੇ ਵੀ ਉਹ ਮਿਲਿਆ ਉਹ ਕਰੈਕਟਰ ਨੂੰ ਇੰਨਾ ਜ਼ਿਆਦਾ ਪਿਆਰ ਮਿਲਿਆ ਵਰਲਡ ਵਾਈਡ ਤੁਸੀਂ ਸਾਰੇ ਜਾਣਦੇ ਹੋ ਸਾਡਾ ਹੱਕਵਾਜ ਦਾ ਆਈ ਮੀਨ ਸੈਕਿੰਡ ਬਿਗੈਸਟ ਬਲੋਕਬਸਟਰ ਇਨ 2013 ਸੋ ਉਸ ਤੋਂ ਬਾਅਦ ਜੋ ਸਾਡੀ ਆਡੀਅੰਸ ਦੀ ਫੈਨਸ ਦੀ ਸਭ ਦੀ ਡਿਮਾਂਡ ਸੀ ਅਤੇ ਸਾਨੂੰ ਵੀ ਲੱਗਾ ਕਿ ਯਾਰ ਇੰਨਾ ਜ਼ਿਆਦਾ ਰਿਸਪੋਂਸ ਦਿੱਤਾ ਸਾਨੂੰ ਕਮਿਊਨਿਟੀ ਨੇ ਅਤੇ ਆਪਾਂ ਫਿਰ ਕੁਛ ਨਾ ਕੁਛ ਹੋਰ ਨੈਕਸਟ ਲੈਵਲ 'ਤੇ ਜਾਈਏ ਸੋ ਉਹਦਾ ਹੀ ਹੁਣ ਅਸੀਂ ਨੈਕਸਟ ਲੈਵਲ ਲੈ ਕੇ ਯੋਧਾ ਆਏ ਹਾਂ ਜੇ ਇਹ ਇਹਨੂੰ ਵੀ ਜੇ ਪਿਆਰ ਮਿਲਦਾ ਰਿਸਪੋਂਸ ਮਿਲਦਾ ਤਾਂ ਫਿਰ ਮੇ ਵੀ ਹੋਰ ਕਿਸੇ ਸਿੱਖ ਜਰਨਲ ਦੇ ਉੱਤੇ ਜਰਨਲ ਮੇ ਵੀ ਹਰੀ ਸਿੰਘ ਨਲੂਆ ਉੱਪਰ ਜਾਂ ਕੋਈ ਵੀ ਇਹੋ ਜਿਹਾ ਕੋਈ ਸਬਜੈਕਟ ਲੈ ਸਕਦੇ ਹਾਂ ਡਿਪੈਂਡਸ ਕਿ ਹਿੰਟ ਮਿਲਿਆ ਬਹੁਤ ਵਧੀਆ ਥੋਟ ਹੈਗਾ ਅਤੇ ਦੋਸਤੋ ਇਸੇ ਥੋਟ ਨਾਲ ਇੱਥੇ ਬ੍ਰੇਕ ਲਵਾਂਗੇ ਪਰ ਬ੍ਰੇਕ ਤੋਂ ਉਸ ਪਾਰ ਆਪਾਂ ਜਾਣਾਂਗੇ ਇਸ ਯੋਧੇ ਤੋਂ ਕਿ ਜਿਹੜੀ ਇਸ ਯੋਧੇ ਦੀ ਕਹਾਣੀ ਹੈਗੀ ਹੈ ਕਿ ਇਹ ਇਮੈਜੀਨੇਸ਼ਨ ਦੇ ਉੱਤੇ ਬੇਸ ਹੈ ਜਾਂ ਫਿਰ ਰੀਅਲ ਸਟੋਰੀ ਦੇ ਉੱਤੇ ਬੇਸ ਹੈ ਤੁਸੀਂ ਕਿਧਰੇ ਨਾ ਜਾਓ ਜੀ ਆਪਾਂ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਮਿੱਤਰੋ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੁਸੀਂ ਵੇਖ ਰਹੇ ਹੋ ਪੀ ਟੀ ਸੀ ਸ਼ੋਕੇਸ 'ਤੇ ਮੈਂ ਤੁਹਾਡੀ ਮੁਲਾਕਾਤ ਕਰਵਾ ਰਿਹਾ ਇੱਕ ਯੋਧੇ ਨਾਲ ਅਤੇ ਇੱਕ ਗੋਰਜੀਅਸ ਗੁਜਰਾਤੀ
एक्ट्रेस ना योद्धा देखने के बाद अगर आप नवदीप को याद नहीं रखोगे ना गॉर्जियस गॉर्जियस बाद अभी तो चल रहा है फिल्म रिलीज से पहले फिर बोलोगे अच्छा जी नवदीप ते बाद क्या बात है ए नवदीप हुन जड़ा हैगा एक करैक्टर दा नाम इन्होंने मेरे ख्याल च लिया नहीं क्या बात है मैडम हुन हौली हौली फॉर्म चल रहा है फॉर्म चल रहे कि इधर योद्धा योद्धा चली आ रहा है इधर उन्नति नु नवदीप विद वन लाइक इट ता ही गल बन एक्चुअली शी इज राइट आई एग्री विद हर क्योंकि स्टोरी में ਇਹਦੇ ਦੁਆਲੇ ਘੁੰਮਦੀ ਹੈ ਓਕੇ ਕਿਆ ਬਾਤ ਹੈ ਇੱਥੇ ਮੇਰਾ ਇਹ ਵੀ ਸਵਾਲ ਵੀ ਸੀਗਾ ਇਹ ਵੀ ਆਪਾਂ ਜੋੜਦੇ ਨਾਲ ਜਿਹਦੇ ਵਿੱਚ ਆਂਸਰ ਤੁਸੀਂ ਹੁਣ ਦੇ ਸਕਦੇ ਵੀ ਇਹਦੇ ਕਿੱਦਾਂ ਹੈਗਾ ਇਹ ਮੇਰੇ ਸਵਾਲ ਇਹ ਸੀਗਾ ਕਿ ਜਿਹੜੀ ਇਹ ਯੋਧਾ ਦੀ ਸਟੋਰੀ ਹੈ ਕੀ ਇਹ ਇਮੈਜੀਨੇਸ਼ਨ ਦੇ ਨਾਲ ਚੱਲਦੀ ਹੈ ਜਾਂ ਰੀਅਲ ਕਿਸੇ ਇੰਸੀਡੈਂਟਸ ਦੇ ਨੂੰ ਜੋੜ ਕੇ ਬਣਾਈ ਗਈ ਹੈ ਸਟੋਰੀ ਦੀ ਇਹ ਇੱਕ ਰੀਅਲ ਇੰਸੀਡੈਂਟ ਸੀਗਾ ਜਿਹੜਾ ਸਾਡੇ ਜਿਹੜੇ ਮੇਰੇ ਕੋ ਰਾਈਟਰ ਨੇ ਅਮਰਦੀਪ ਸਿੰਘ ਗਿੱਲ ਉਹਨਾਂ ਦੇ ਮਾਇੰਡ 'ਚ ਇਹ ਆਈਡੀਆ ਆਇਆ ਸੀਗਾ ਬੇਸਿਕਲੀ ਯੋਧਾ ਸਟੋਰੀ ਦਾ ਜਿਹੜਾ ਮੇਨ ਆਈਡੀਆ ਸੀਗਾ ਸੋ ਹੀ ਡਿਸਕਸਡ ਵਿਦ ਮਨਦੀਪ ਜੀ ਐਂਡ ਦੈਨ ਹੀ ਡਿਸਕਸ ਵਿਦ ਮੀ ਸਾਨੂੰ ਲੱਗਾ ਅਸੀਂ ਆਪਸ 'ਚ ਡਿਸਕਸ ਕੀਤਾ ਸਾਡੇ ਕੋਲ ਬਹੁਤ ਸਾਰੇ ਉਦੋਂ ਆਪਸ਼ਨ ਸੀਗੀਆਂ ਸਟੋਰੀਜ਼ ਦੀਆਂ ਬਹੁਤ ਸਾਰੀਆਂ ਅਦਰਵਾਈਜ਼ ਆਊਟਸਾਈਡ ਬੈਨਰਸ ਦੀਆਂ ਵੀ ਮੈਨੂੰ ਮੂਵੀਜ਼ ਆਫਰ ਹੋ ਰਹੀਆਂ ਸੀ ਆਫਟਰ ਸਾਡਾ ਹੱਕ ਅਤੇ ਫਿਰ ਮੇਰੀ ਅਤੇ ਮਨਦੀਪ ਜੀ ਦੀ ਮੀਟਿੰਗ ਹੋਈ ਸੂਤ ਸਾਹਿਬ ਵੀ ਸਾਡੇ ਨਾਲ ਸੀਗੇ ਬੰਬੇ 'ਚ ਅਸੀਂ ਬੈਠੇ ਅਤੇ ਅਸੀਂ ਆਊਟ ਆਫ ਆਈ ਥਿੰਕ 5 ਕੁ ਸ਼ਾਰਟ ਲਿਸਟ ਕਰ ਲਈਆਂ ਸੀ ਆਪਸ ਵਿੱਚ ਬੈਠ ਕੇ ਕਿ ਆਹ ਸਕ੍ਰਿਪਟਸ ਵਿੱਚੋਂ ਇੱਕ ਅੱਧੀ 'ਤੇ ਕੰਮ ਕਰਾਂਗੇ ਇਹ ਜਿਹੜੀ ਸੀ ਯੋਧਾ ਦਾ ਆਈਡੀਆ ਸਾਨੂੰ ਸਭ ਤੋਂ ਵਧੀਆ ਲੱਗਾ ਕਿਉਂਕਿ ਇੱਕ ਤਾਂ ਇਹ ਜਿਹੜਾ ਇੰਸਪਾਇਰਡ ਸੀਗਾ ਫਰੋਮ ਰੀਅਲ ਈਵੈਂਟ ਸੀਗਾ ਸੋ ਬਾਕੀ ਵੀ ਸਾਨੂੰ ਜੋ ਲੱਗ ਰਿਹਾ ਸੀ ਕਿ ਪੰਜਾਬ ਦੇ ਵਿੱਚ ਜੋ ਇਸ ਵੇਲੇ ਮਾਹੌਲ ਹੈ ਸੋ ਡਰੱਗਸ ਦਾ ਜੋ ਕਾਰੋਬਾਰ ਜੋ ਵੀ ਚੱਲ ਰਿਹਾ ਸੋ ਵੀ ਥੋਟ ਕਿ ਆਪਾਂ ਇੱਕ ਉਸ ਪੰਜਾਬ ਦੀ ਗੱਲ ਕੀਤੀ ਸੀ ਇੱਕ ਅੱਜ ਦੇ ਪੰਜਾਬ ਦੀ ਗੱਲ ਕਰਦੇ ਹਾਂ ਓਵਰਸੀਜ਼ ਦੀ ਆਡੀਅੰਸ ਵੀ ਸਾਨੂੰ ਬਹੁਤ ਕਹਿ ਰਹੀ ਸੀ ਕਿ ਤੁਸੀਂ ਅੱਜ ਦੇ ਪੰਜਾਬ ਦੇ ਉੱਤੇ ਕੁਛ ਬਣਾਓ ਸੋ ਸਾਨੂੰ ਲੱਗਾ ਕਿ ਦਿਸ ਇਜ਼ ਦੀ ਬੈਸਟ ਪਲੋਟ ਕਿਆ ਬਾਤ ਹੈ ਅੱਛਾ ਉਹਨਾਂ 'ਤੇ ਤੁਸੀਂ ਦੱਸੋ ਉੱਨਤੀ ਉਰਫ ਨਵਦੀਪ ਰਾਈਟ ਅਤੇ ਤੁਸੀਂ ਦੱਸੋ ਜਦੋਂ ਆਪਾਂ ਟ੍ਰੇਲਰ ਵੇਖਿਆ ਹੈਗਾ ਤਾਂ ਜਿਹੜਾ ਕੁਲਜਿੰਦਰ ਭਾਈ ਦਾ ਯੋਧੇ ਦਾ ਕਰੈਕਟਰ ਹੈਗਾ ਉਹ ਤਾਂ ਓਬਵੀਅਸਲੀ ਸਾਹਮਣੇ ਨਜ਼ਰ ਆ ਹੀ ਰਿਹਾ ਕਿ ਨਹੀਂ ਜਿੱਦਾਂ ਲੀਡ ਕਰ ਰਿਹਾ ਹੈਗਾ ਤੁਹਾਨੂੰ ਜਿਹੜਾ ਤੁਹਾਡਾ ਕਰੈਕਟਰ ਹੈ ਨਵਦੀਪ ਦਾ ਕਰੈਕਟਰ ਹੈਗਾ ਉਹਨੂੰ ਨਿਭਾਉਣ ਦਾ ਕਿੰਨਾ ਕੁ ਮੌਕਾ ਮਿਲਿਆ ਅਤੇ ਉਹ ਕਿੰਨਾ ਕੁ ਤੁਹਾਡੇ ਜਿਹੜਾ ਪਰਸਨਲ ਲਾਈਫ ਹੈਗੀ ਉਹਦੇ ਕਿੰਨਾ ਕੁ ਨਜ਼ਦੀਕ ਆ ਉਹ ਕਰੈਕਟਰ ਜੈਸਾ ਕਿ ਤੁਸੀਂ ਜਾਣਦੇ ਹੋ ਅਤੇ ਮੇਰਾ ਕੈਰੈਕਟਰ ਦਾ ਨਾਮ ਨਵਦੀਪ ਕੌਰ ਹੈ ਅਤੇ ਨਵਦੀਪ ਜਿਹੜਾ ਕੈਰੈਕਟਰ ਹੈ ਇਹ ਬਹੁਤ ਹੀ ਜ਼ਿਆਦਾ ਸਟਰੋਂਗ ਕੈਰੈਕਟਰ ਹੈ ਨਵਦੀਪ ਬਹੁਤ ਹੀ ਜ਼ਿਆਦਾ ਸਟਰੋਂਗ ਲੜਕੀ ਹੈ ਆਪਣੇ ਰਾਈਟ ਕੇ ਲਈ ਹਮੇਸ਼ਾ ਲੜਤੀ ਹੈ ਉਹ ਅਤੇ ਜਦੋਂ ਤੁਸੀਂ ਇਹ ਫਿਲਮ ਦੇਖੋਗੇ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਨਵਦੀਪ 'ਤੇ ਬਹੁਤ ਸਾਰੇ ਸ਼ੇਡਸ ਹੈ ਅਤੇ ਆਪ ਕੁਛ ਦੇਰ ਪਹਿਲੇ ਮੁਝਸੇ ਇੱਕ ਸਵਾਲ ਪੁੱਛੇ ਥੇ ਕਿ ਇਹ ਸਕ੍ਰਿਪਟ ਕਿਆ ਆਪ ਅਟਰੈਕਟ ਕਰੇ ਤੋ ਆਈ ਥਿੰਕ ਮੁਝੇ ਨਵਦੀਪ ਨੇ ਬਹੁਤ ਅਟਰੈਕਟ ਕੀਆ ਥਾ ਔਰ ਸ਼ਾਇਦ ਮੈਨੇ ਨਵਦੀਪ ਕੇ ਲਈ ਆਪਣੇ ਆਪ ਕੋ ਬਹੁਤ ਹੱਦ ਤੱਕ ਬਦਲਨੇ ਕੀ ਅਤੇ ਮੈਨੇ ਕੋਸ਼ਿਸ਼ ਕੀਤੀ ਹੈ ਕਿ ਅਤੇ ਮੈਂ ਪੰਜਾਬੀ ਨਹੀਂ ਹਾਂ ਅਤੇ ਮੈਨੂੰ ਪੰਜਾਬੀ 'ਚ ਗੱਲ ਕਰਨੀ ਹੈ ਇੱਕ ਪੂਰੀ ਫਿਲਮ ਕਰਨੀ ਹੈ ਤੋ ਸ਼ਾਇਦ ਇਹ ਨਵਦੀਪ ਕੀ ਵਜ੍ਹਾ ਸੇ ਹੀ ਮੈਂ ਸਭ ਕਰ ਪਾ ਰਹੀ ਥੀ ਕਿਉਂਕਿ ਨਵਦੀਪ ਸਭਸੇ ਜ਼ਿਆਦਾ ਆਈ ਥਿੰਕ ਹਮਾਰੀ ਫਿਲਮ ਮੇਂ ਇੰਟੀਗਰਲ ਪਾਰਟ ਹੈ ਇੱਕ ਰੀਅਲ ਲਾਈਫ ਸਟੋਰੀ ਪੇ ਬੇਸਡ ਹੈ ਜੋ ਹਮ ਸਭ ਜਾਣਦੇ ਹਾਂ ਅੰਮ੍ਰਿਤਸਰ ਮੇਂ ਹੁਆ ਥਾ ਮੈਂ ਵੀ ਕਾਫੀ ਲਾਈਕ ਸਰਪ੍ਰਾਈਜ਼ ਥੀ ਐਂਡ ਸ਼ੌਕਡ ਵੀ ਥੀ ਕਿ ਐਸੀ ਉਸ ਪੇ ਸਟੋਰੀ ਮੇਂ ਹਮਾਰੀ ਫਿਲਮ ਬਣ ਰਹੀ ਹੈ ਸੋ ਆਈ ਵਾਜ਼ ਮੋਰ ਦੈਨ ਐਕਸਾਈਟਿਡ ਟੂ ਪਲੇ ਨਵਦੀਪ ਐਂਡ ਉੱਨਤੀ ਨਵਦੀਪ ਜੈਸੀ ਨਹੀਂ ਹੈ ਕਿਉਂਕਿ ਨਵਦੀਪ ਮਤਲਬ ਮੁਝੇ ਨਵਦੀਪ ਕੋ ਪਲੇ ਕਰਨੇ ਕੇ ਲੀਏ ਉਸ ਸੋਚ ਸੇ ਗੁਜ਼ਰਨਾ ਪੜ ਰਹਾ ਥਾ ਉਸ ਜ਼ੋਨ ਮੇਂ ਜਾਣਾ ਪੜ ਰਹਾ ਥਾ ਉਸ ਮਤਲਬ ਕਿਉਂਕਿ ਮੈਂ ਪਹਿਲੇ ਮਾਡਲ ਥੀ ਫਿਰ ਐਕਟਰ ਹੋਈ ਤਾਂ ਮੈਂ ਦੁਬਲੀ ਥੀ ਫਿਰ ਮੈਂ ਪਰਾਂਠੇ ਸ਼ਰਾਠੇ ਖਾਣਾ ਚਾਲੂ ਕਰਦੀ ਕਿਉਂਕਿ ਮੁਝੇ ਥੋੜ੍ਹਾ ਸਾ ਚਬੀ ਲੱਗਣਾ ਥਾ ਆਪਣੇ ਕੈਰੈਕਟਰਾਈਜ਼ੇਸ਼ਨ ਕੋ ਨਿਭਾਨੇ ਕੇ ਲੀਏ ਔਰ ਲੈਂਗੁਏਜ ਪੇ ਕਾਮ ਕਰਨੇ ਕੇ ਲੀਏ ਮੈਂ ਗੁਰਦੁਆਰੇ ਵੀ ਜਾਤੀ ਥੀ ਅਤੇ ਕੋਸ਼ਿਸ਼ ਕਰਤੀ ਥੀ ਕਿ ਮੈਂ ਗੁਰਦੁਆਰੇ ਪੇ ਸਿੱਖ ਸਕੂ ਅਤੇ ਪੰਜਾਬੀ 'ਚ ਗੱਲ ਕਰਨਾ ਭਾਜੀ ਨੇ ਨਹੀਂ ਸਿਖਾਈ ਤੁਹਾਨੂੰ
पापा जी तो बॉडी बनाने में बिजी थे एक्चुअली मैं उन्हें टाइम नहीं देता और फिल्म हमारे ऊपर ही है और हमारा रोमांस भी है बट इन्होंने मुझे वैसे टाइम वाइम नहीं दिया कुछ सजेस्ट भी नहीं किया कि नहीं और फिल्म तो बाद में टाइम दे रहे हैं वैसे क्या बात है तुसी पंजाबी किहो जी बोलदे हो कि हुण ज्यादा परौंठे तां नहीं खा रहे हैगे ए भी ध्यान दे रहे करे टाइटल नाम है योधा एक अपने आप बड़ा सॉलिड करैक्टर होगा बट ए योधा किहो जा है की कुछ बीतिया है किदां फिर योधा बनिया है योधा देखो एक कॉमन बंदे की कहानी है जिहड़ा एक मेरा करैक्टर है जिथों स्टोरी शुरू होंगी स्क्रीन प्ले असी अलग ढंग नाल पेश किया जो सिनेमा के उपर नज़र आएगी वह गलबात वक्री है बट अदरवाइज इट्स अ नॉर्मल जिहड़ा आम एक नौजवान है एन आर आई है यूके तो आया तो बड़ा फन लविंग है तो उहदा करैक्टर जिहड़ा है मतलब टोटली उहदी ट्रांसफॉर्मेशन है जिहड़ी जदों योधा बनता है क्यों बनता है वह सारी गलबात अजे फिल्म देखने का सस्पेंस नहीं खोलना बट यह है कि एक ग्राफ है करैक्टर का एक नॉर्मल मैन टू अ योधा सो जिहड़ी अपनी पंजाब की जिहड़ी रिच कल्चर है अपना जिहड़ा अपना विरसा है वह मतलब सारियां गल्लां असीं इहदे च पाईआं कि उहदी ट्रांसफॉर्मेशन जिहड़ी है ना एक कन्विंसिंग लगे मतलब वह जो डायलॉग्स ने जो जिहड़ियां गल्लां करके एक बंदा नॉर्मल बंदे तो योधा बनता दैट इज़ वैरी इंपॉर्टेंट मेरे ख्याल वो सब तो ज़्यादा इंट्रस्टिंग पार्ट होगा योधा की ट्रांसफॉर्मेशन का फिजिकल ट्रांसफॉर्मेशन तो है ही है बट जिहड़ी उहदी स्पिरिचुअल ट्रांसफॉर्मेशन एक मानसिक तौर पर जिहड़ी उहदी डिवेलपमेंट है ਉਹ ਬਹੁਤ ਵਧੀਆ ਗ੍ਰਾਫ ਬਣਿਆ ਆਈ ਬਲੀਵ ਇਸ ਫਿਲਮ ਦੇ ਵਿੱਚ ਹੁਣ ਤਾਂ ਤੁਸੀਂ ਇਹ ਦੱਸੋ ਕਿ ਜਦੋਂ ਹੁਣ ਪੰਜਾਬੀ ਡਾਇਲੋਗਸ ਤੁਸੀਂ ਬੋਲਦੇ ਦੱਸਿਆ ਕਿ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਸੀਗੇ ਜਾਂ ਕੋਸ਼ਿਸ਼ ਕਰਦੇ ਸੀ ਕਈ ਨਾ ਪੰਜਾਬੀ ਬੋਲਣ ਦੀ ਬਟ ਜਦੋਂ ਡਾਇਲੋਗਸ ਐਕਚੁਅਲੀ ਹੁਣ ਡਾਇਲੋਗਸ ਬੋਲਣ ਦੀ ਗੱਲ ਆਉਂਦੀ ਹੈ ਇੱਕ ਸਿੱਖਣਾ ਵੱਖਰਾ ਹੁੰਦਾ ਇੱਕ ਡਾਇਲੋਗਸ ਬੋਲਣ ਫਿਰ ਉਦੋਂ ਕਿੰਨਾ ਚੈਲੇਂਜਿੰਗ ਸੀਗਾ ਤੁਹਾਡੇ ਲਈ ਰਿਹਾ ਉਹ ਸਭ ਕੁਝ ਓਨੈਸਟਲੀ ਸਪੀਕਿੰਗ ਤੇ ਮੇਰੇ ਲਈ ਬਹੁਤ ਜ਼ਿਆਦਾ ਚੈਲੇਂਜਿੰਗ ਥਾ ਕਿਉਂਕਿ ਇਹ ਮੇਰੀ ਲੈਂਗੁਏਜ ਨਹੀਂ ਥੀ जब मैंने ऑडिशन भी दिया था तो बड़े कॉन्फिडेंटली मैंने ये दिया था कि सारे बंदे नू एक्सप्रेशन तो एक जैसे ही होंगे तो बंदा हंसता या से रोता या से जब मैंने ये फिल्म मिली तब लगा कि अरे अब तो बहुत मेहनत करनी पड़ेगी क्योंकि पूरी फिल्म मिल गई है तो मुझे इनिशियली मेरे कुछ पंजाबी फ्रेंड्स हैं बॉम्बे में तो उन लोगों के साथ पे मैं डायलॉग की प्रैक्टिस किया करती थी एंड क्योंकि पहले तो मुझे लैंग्वेज को समझना ज़रूरी था जैसे आज आप मुझसे बात कर रहे हो सो आई एम एबल टू अंडरस्टैंड मुझे थोड़ी तकलीफ होती है बोलने में बट आई स्टिल ट्राई मैं कोशिश करती हूँ तो मैं थोड़े को पंजाबी से गाल ही करूँ बट पूरी फिल्म करना वॉज अ डिफ़िकल्ट जॉब एंड मेरे लिए भी इन्होंने बॉडी में मेहनत की मैं कोशिश कर रही थी कि मैं मेरी लैंग्वेज पर थोड़ा काम करूँ एंड नवदीप को निभाने में मैं काम करूँ तो मेरा कॉन्सनट्रेशन सिर्फ वही था जो पंजाब इन्ना टाइम स्पेंड किया है नहीं शूटिंग के दौरान तो वो जो एक्सपीरियंस है ਉਹਨੂੰ ਫਿਰ ਅੱਜ ਜੇ ਯਾਦ ਕਰਦੇ ਹੋ ਤਾਂ ਕਿੱਦਾਂ ਦਾ ਰਿਹਾ ਤੁਹਾਡਾ ਆਲ ਇਨ ਆਲ ਐਕਸਪੀਰੀਅੰਸ ਪਰੌਂਠੇ ਖਾਣ ਤੋਂ ਇਲਾਵਾ ਓਕੇ ਮੇਰਾ ਜ਼ਿਆਦਾ ਸੇ ਜ਼ਿਆਦਾ ਵਕਤ ਤੋਂ ਮੈਂ ਸੈੱਟ 'ਤੇ ਹੀ ਰਹਿਤੀ ਥੀ ਸਾਰੀ ਮਤਲਬ ਪ੍ਰੋਡਕਸ਼ਨ ਟੀਮ ਡਾਇਰੈਕਸ਼ਨ ਟੀਮ ਅਤੇ ਮੈਂ ਅਕਸਰ ਇਹ ਫਿਲਮ ਸਾਈਨ ਕਰਨ ਸੇ ਪਹਿਲੇ ਮੈਨੇ ਸੁਣਿਆ ਥਾ ਕਿ ਪੰਜਾਬੀ ਬੜੇ ਦਿਲਦਾਰ ਹੋਤੇ ਹੈ ਬੜੇ ਖੁਸ਼ ਮਿਜ਼ਾਜ ਹੋਤੇ ਹੈ ਬੜੇ ਦਿਲ ਕੇ ਇੱਕਦਮ
नहीं बट मैंने कभी एक्सपीरियंस नहीं किया एंड जब मैं यहाँ पर आई तो मैंने बोला अरे बाप रे इतना सारा प्यार बड़ा दिल खोल के प्यार करे जो मैंने महसूस किया आई थिंक पंजाबी जो है बड़े ਸੋਹਣੇ ਬੰਦੇ ਹੁੰਦੇ ਆ ਤੁਸੀਂ ਇੰਨੀ ਤਾਰੀਫ ਕੀਤੀ ਹੈ ਪੰਜਾਬੀ ਦੀ ਤਾਂ ਅਸੀਂ ਵੀ ਕਹਾਂਗੇ ਕਿ ਜਿਹੜੇ ਗੁਜਰਾਤੀ ਹੁੰਦੇ ਨੇ ਬਹੁਤ ਹੀ ਮਿੱਠੇ ਹੁੰਦੇ ਨੇ ਹਰੇਕ ਚੀਜ਼ ਵਿੱਚ ਮਿੱਠਾ ਵੈਲ ਦੋਸਤੋ ਇਹ ਇਹਨਾਂ ਦੋ ਖੂਬਸੂਰਤ ਸ਼ਖਸ ਦੇ ਨਾਲ ਇਹ ਖੱਟੀਆਂ ਮਿੱਠੀਆਂ ਗੱਲਾਂ ਤਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਪਰ ਫਿਲਮ ਯੋਧਾ ਦੇ ਵਿੱਚ ਇਸ ਯੋਧੇ ਨੇ ਤਾਂ ਵੱਡੇ ਵੱਡੇ ਨੂੰ ਆਪਣੀਆਂ ਉਂਗਲੀਆਂ 'ਤੇ ਨਚਾਇਆ ਹੈਗਾ ਪਰ ਇਹਦੇ ਨਾਲ ਨਾਲ ਇਸ ਯੋਧੇ ਨੂੰ ਦਮਦਾਰ ਯੋਧੇ ਨੂੰ ਕਿਸੇ ਨੇ ਆਪਣੇ ਇਸ਼ਾਰੇ 'ਤੇ ਚਲਾਇਆ ਹੈਗਾ ਉਹ ਬੰਦਾ ਕੌਣ ਹੈਗਾ ਉਹ ਸ਼ਖਸ ਕੌਣ ਹੈਗਾ ਉਹਦੇ ਨਾਲ ਆਪਾਂ ਤੁਹਾਨੂੰ ਮਿਲਾਵਾਂਗੇ ਪਰ ਇੱਕ ਬ੍ਰੇਕ ਤੋਂ ਬਾਅਦ ਮਿੱਤਰੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵੇਖ ਰਹੇ ਹੋ ਤੁਸੀਂ PTC ਸ਼ੋਕੇਸ ਅਤੇ ਮੈਂ ਤੁਹਾਡੀ ਮੁਲਾਕਾਤ ਕਰਵਾ ਰਹੇ ਜੀ ਯੋਧਾ ਫਿਲਮ ਨਵੀਂ ਪੰਜਾਬੀ ਫਿਲਮ ਉਹਨਾਂ ਦੇ ਸਟਾਰਸ ਦੇ ਨਾਲ ਅਤੇ ਨਾਲ ਦੀ ਨਾਲ ਮੈਂ ਵਾਅਦਾ ਕੀਤਾ ਸੀਗਾ ਬ੍ਰੇਕ ਤੋਂ ਪਹਿਲਾਂ ਕਿ ਮੈਂ ਤੁਹਾਡੀ ਮੁਲਾਕਾਤ ਕਰਾਵਾਂਗਾ ਉਸ ਸ਼ਖਸ ਦੇ ਨਾਲ ਜਿਨ੍ਹਾਂ ਨੇ ਇਸ ਦਮਦਾਰ ਯੋਧੇ ਨੂੰ ਮਤਲਬ ਆਪਣੇ ਇਸ਼ਾਰਿਆਂ ਨਾਲ ਚਲਾਇਆ ਫਿਲਮ ਦੇ ਵਿੱਚ ਹਾਂਜੀ ਬਿਲਕੁਲ ਸਹੀ ਪਹਿਚਾਣ ਰਹੇ ਜਿਹੜੇ ਪਹਿਚਾਣ ਰਹੇ ਮੈਂ ਗੱਲ ਕਰਾਂ ਜੀ ਦ ਕੈਪਟਨ ਆਫ ਦਾ ਸ਼ਿਪ ਡਾਇਰੈਕਟਰ ਮਨਦੀਪ ਬੈਨ ਜੀ ਬਹੁਤ ਬਹੁਤ ਸਵਾਗਤ ਹੈ ਭਾਅ ਜੀ ਥੈਂਕ ਯੂ ਜੀ ਕਿੱਦਾਂ ਜੀ ਠੀਕ ਠਾਕ ਹੋ ਬਹੁਤ ਵਧੀਆ ਫਸਟ ਕਲਾਸ ਕਿੰਨਾ ਕੁ ਫਿਰ ਤੁਸੀਂ ਆਪਣੇ ਇਸ਼ਾਰਿਆਂ 'ਤੇ ਇਹਨਾਂ ਨੂੰ ਚਲਾਇਆ ਜਾਂ ਫਿਰ ਇਹ ਚਲਾਉਂਦੇ ਨਹੀਂ ਐਸਾ ਕੁਛ ਉਹ ਨਹੀਂ ਹੈ ਮੈਨੂੰ ਲੱਗਦਾ ਅਸੀਂ ਬੜਾ ਨੈਚੁਰਲ ਜਿਹਾ ਕੰਮ ਕਰਦੇ ਹਾਂ ਹਾਂਜੀ ਮੇਰੀ ਨੇਚਰ ਵੀ ਵੈਸੀ ਐਸੀ ਹੈ ਬਿਲਕੁਲ ਅਤੇ ਜਿੰਨਾ ਕੁ ਅਸੀਂ ਕੰਮ ਕਰਦੇ ਹਾਂ ਥੋੜ੍ਹਾ ਜਿਹਾ ਕਿਉਂਕਿ ਕੁਲਜਿੰਦਰ ਦੇ ਨਾਲ ਮੇਰਾ ਪਿਛਲੀ ਫਿਲਮ ਦੇ ਨਾਲ ਰਿਲੇਸ਼ਨ ਹੈਗਾ ਬਿਲਕੁਲ ਸਾਡਾ ਵੀ ਕੀਤੀ ਅਸੀਂ ਰਾਈਟਿੰਗ ਵਿੱਚ ਵੀ ਇਨਵੋਲਵ ਸੀ ਜੀ ਤਾਂ ਕੁਲਜਿੰਦਰ ਨੂੰ ਤਾਂ ਸਪੈਸ਼ਲੀ ਇੰਨੀ ਕੁਛ ਨਚਾਉਣ ਵਾਲੀ ਗੱਲ ਰਹਿੰਦੀ ਨਹੀਂ ਹੈ ਅੱਛਾ ਤੇ ਉਨਤੀ ਤੱਕ ਸ਼ਾਇਦ ਮਿਹਨਤ ਜ਼ਿਆਦਾ ਕਰਨੀ ਪਈ ਸਾਨੂੰ ਮਤਲਬ ਅੱਛਾ ਸੀ ਫਨ ਸੀ ਅੱਛਾ ਵਧੀਆ ਰਿਹਾ ਮਤਲਬ ਟਫ ਮੈਨ ਤਾਂ ਨਹੀਂ ਰਹੇ ਹੈਗੇ ਜ਼ਿਆਦਾ ਨਹੀਂ ਟਫ ਜਿਮ 'ਚ ਸੀ ਅੱਛਾ ਸੈੱਟ ਤੇ ਨਹੀਂ ਕੀ ਬਾਤ ਹੈ ਅੱਛਾ ਉਨਤੀ ਹੁਣ ਇਹਨਾਂ ਨੇ ਕਿਹਾ ਕਿ ਮੈਨੂੰ ਇੱਧਰ ਜਿਹੜਾ ਉਨਤੀ ਨੂੰ ਸਮਝਾਉਣ ਲਈ ਜਾਂ ਕੀ ਹੈ ਇਸ਼ਾਰੇ ਦੇ ਉੱਤੇ ਚਲਾਉਣ ਦੇ ਲਈ ਥੋੜ੍ਹਾ ਜਿਹਾ ਲੱਗਿਆ ਟਾਈਮ ਤਾਂ ਤੁਹਾਡੇ ਲਈ ਕਿੰਨਾ ਕੰਫਰਟ ਜ਼ੋਨ ਸੀਗਾ ਇਹਨਾਂ ਨਾਲ ਕੰਮ ਕਰਨਾ ਕੰਫਰਟ ਲੈਵਲ ਬਣਾ ਕੇ ਰੱਖਿਆ ਆਲ ਇਨ ਆਲ ਇਹਨਾਂ ਨੇ ਜਾਂ ਫਿਰ ਹੱਥ ਵਿੱਚ ਡੰਡਾ ਰਹਿੰਦਾ ਸੀ ਮਾਸਟਰਸ ਵਾਂਗੂ ਗੁਜਰਾਤੀ ਮੈਂ ਕਲੀਅਰ ਹੋ ਗਿਆ ਸੀ ਕਿ ਇਸ ਲੈਵਲ ਤੱਕ ਪਰਫਾਰਮ ਕਰੇਗੀ ਉਹ ਮੈਨੂੰ ਸੀਗਾ ਜੋ ਮੈਨੂੰ ਚਾਹੀਦਾ ਮੈਨੂੰ ਮਿਲੇਗਾ ਕਲੀਅਰ ਸੀ ਬਟ ਲੈਂਗੁਏਜ ਦਾ ਜਿੱਥੇ ਨਾ ਕਿ ਅਸੀਂ ਸ਼ਾਰਟ ਲੈਂਦੇ ਹਾਂ ਤਾਂ ਆਪਾਂ ਨੂੰ ਪਤਾ ਹੁੰਦਾ ਯਾਰ ਇਹ ਚੀਜ਼ ਅਸੀਂ ਡਬਿੰਗ ਸੈੱਟ ਕਰ ਲਾਂਗੇ ਬਿਲਕੁਲ ਤਾਂ ਮੇਰੇ ਲਈ ਉਹ ਲੈਵਲ ਨੂੰ ਮੈਚ ਕਰਨਾ ਬਹੁਤ ਜ਼ਰੂਰੀ ਸੀ ਇੱਕ ਐਕਸਟਰਾ ਐਫਰਟਸ ਹਾਂ ਉਹ ਐਕਸਟਰਾ ਸੀ ਕਿ ਯਾਰ ਲੈਂਗੁਏਜ ਦਾ ਕੋਈ ਇਹਦੇ 'ਚ ਦਿਮਾਗ 'ਚ ਰਹੇ ਨਾ ਉਹ ਜੀ ਜੀ ਤਾਂ ਉੱਥੇ ਤੱਕ ਮੈਨੂੰ ਸਹੀ ਸ਼ਾਰਟ ਚਾਹੀਦਾ ਸੀ ਉਹਨਾਂ ਕੀਤਾ ਅਤੇ ਆਊਟਵਰਡ ਅੱਛੀ ਚਲੋ ਹੁਣ ਕੈਪਟਨ ਸਾਹਿਬ ਤੋਂ ਤਾਂ ਪੁੱਛ ਲਿਆ ਇੱਧਰੋਂ ਹੀ ਪੁੱਛ ਲਿਆ ਪਿਆ ਅਤੇ ਤੁਹਾਡੇ ਲਈ ਕਿੰਨਾ ਕੰਫਰਟ ਰਿਹਾ ਹੈਗਾ ਕੰਫਰਟ ਜ਼ੋਨ ਸੀਗਾ ਉਦੋਂ ਸ਼ੂਟਿੰਗ ਦਾ ਮਨਦੀਪ ਜੀ ਐਸੇ ਕਾਫੀ ਕੂਲ ਡਾਇਰੈਕਟਰ ਹੈ ਕੰਮ ਜਬ ਮੈਂ ਜਬ ਇਨਕੇ ਸਾਥ ਪਹਿਲੀ ਬਾਰ ਕੰਮ ਕਰ ਰਹੀ ਥੀ ਤੋ ਵੋ ਕਾਫੀ ਕੂਲੀ ਇੱਕ ਚੇਅਰ ਮੇ ਬੈਠੇ ਹੋਏ ਹੈ ਐਂਡ ਸ਼ਾਟ ਕਿਆ ਹੋ ਰਹਾ ਹੈ ਮੈਂ ਬਹੁਤ ਕੌਨਸ਼ੀਅਸ ਰਹਿਤੀ ਥੀ ਕਿਉਂਕਿ ਮੁਝੇ ਐਕਸਟਰਾ ਐਫਰਟ ਡਾਲਨਾ ਪੜਤਾ ਥਾ ਔਰ ਇਨਕੋ ਵੀ ਬਿਕੋਜ਼ ਹਮੇ ਇੱਕ ਦੂਸਰੇ ਕੀ ਅੰਡਰਸਟੈਂਡਿੰਗ ਪਹਿਲੇ ਡੇ ਵਨ ਸੇ ਹੀ ਥੀ ਜਬ ਇਨਹੋਨੇ ਮੇਰਾ ਆਡੀਸ਼ਨ ਵੀ ਲਿਆ ਥਾ ਕਿ ਹਮੇ ਥੋੜ੍ਹਾ ਥੋੜ੍ਹਾ ਐਫਰਟ ਮਿਊਚੁਅਲੀ ਕਰਨਾ ਪੜ ਰਹਾ ਥਾ ਸਾਥ ਪੇ ਜਾਣਾ ਪਰਫਾਰਮ ਜਬ ਮੈਂ ਕਰ ਰਹੀ ਥੀ ਤੋ ਮੁਝੇ ਮਦਦ ਕਾਫੀ ਸਪੋਰਟਿਵ ਥੇ ਕਾਫੀ ਅਤੇ ਬਹੁਤ ਜ਼ਿਆਦਾ ਸਪੋਰਟਿਵ ਲੱਗਿਆ ਮੈਨੂੰ ਇਹਨਾਂ ਦੇ ਨਾਲ ਕੰਮ ਕਰਕੇ ਪ੍ਰੋਡਕਸ਼ਨ ਦੇ ਨਾਲ ਵੀ
ਇੱਧਰ ਹੱਥ ਗਿਆ ਪ੍ਰੋਡਕਸ਼ਨ ਦੇ ਨਾਲ ਬੈਲੈਂਸ ਕਰ ਲੈਂਦੀ ਨਾਲ ਤੇ ਤੁਸੀਂ ਪਿੱਛੇ ਪਿੱਛੇ ਰਿਲੈਕਸ ਹੋ ਕੇ ਬੈਠੋ ਡਾਇਰੈਕਟਰ ਸਾਹਿਬ ਆ ਗਏ ਤੁਸੀਂ ਇੱਦਾਂ ਇੱਕਦਮ ਕੌਨਸ਼ੀਅਸ ਹੋ ਗਿਆ ਹਾਂ ਬਿਲਕੁਲ ਮੈਂ ਜਸਟ ਕਿਡਿੰਗ ਨਚਾਰੇ ਵਾਲੀ ਬਾਤ ਕਰ ਰਿਹਾ ਹਾਂ ਵਾਲੀ ਥੋੜਾ ਜਿਹਾ ਵਾਕਿਆ ਵਾਕਿਆ ਅੱਛਾ ਕੁਲਜਿੰਦਰ ਭਾਜੀ ਵੈਸੇ ਮੈਂ ਵੀ ਮਨਦੀਪ ਭਾਜੀ ਤੇ ਜਿਹੜਾ ਸੁਭਾਅ ਹੈਗਾ ਨੇਚਰ ਹੈਗਾ ਉਹ ਤੋਂ ਪਹਿਲਾਂ ਤੋਂ ਵਾਕਿਫ ਹੈਗਾ ਤੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੈਗਾ ਵੈਸੇ ਤਾਂ ਕਿ ਮੇਰੇ ਪਹਿਲੇ ਡਾਇਰੈਕਟਰ ਇਹ ਰਹੇ ਨੇ ਪਹਿਲੀ ਵਾਰ ਜਦੋਂ ਮੈਂ ਕੈਮਰਾ ਫੇਸ ਕੀਤਾ ਸੀਗਾ ਨੇ ਤੁਸੀਂ ਤੇ ਫਿਰ ਤੁਹਾਨੂੰ ਆਪਣੇ ਪਹਿਲੇ ਡਾਇਰੈਕਟਰ ਦੇ ਸਾਹਮਣੇ ਬੈਠ ਕੇ ਉਹਨੂੰ ਸਵਾਲ ਕਰਦੇ ਕਿੱਦਾਂ ਮਹਿਸੂਸ ਹੋ ਰਿਹਾ ਇਹ ਕੁਐਸਚਨ ਦਾ ਆਨਸਰ ਦੇਣਾ ਮੈਂ ਇਹ ਉਲਟਾ ਮੈਨੂੰ ਕੁਐਸਚਨ ਬਚਿਆ ਹਾਂ ਬਿਲਕੁਲ ਨਹੀਂ ਵਾਕਿ ਇਹ ਬਹੁਤ ਇੱਕ ਪ੍ਰਾਊਡ ਵਾਲੀ ਗੱਲ ਹੈ ਸੀਰੀਅਸਲੀ ਮਤਲਬ ਉਦੋਂ ਸ਼ੁਰੂਆਤੀ ਦੌਰ ਸੀਗਾ ਭਾਜੀ ਨੇ ਜਦੋਂ ਹਸ਼ਰ ਏਕਮ ਉਦੋਂ ਫਿਲਮਾਂ ਸੀਗੀਆਂ ਬਣਦੀਆਂ ਪਈਆਂ ਤਾਂ ਅੱਜ ਇਸ ਮੁਕਾਮ ਤੇ ਜੋ ਸਾਡਾ ਹੱਕ ਵੀ ਆਈ ਹੈ ਮੈਨੂੰ ਉਦੋਂ ਪਤਾ ਲੱਗਿਆ ਕਿ ਭਾਜੀ ਉਹ ਕਰ ਰਹੇ ਨੇ ਡਾਇਰੈਕਟ ਤਾਂ ਜਿਸ ਬੰਦੇ ਨਾਲ ਪਹਿਲੀ ਵਾਰ ਤੁਸੀਂ ਸ਼ੁਰੂਆਤ ਕੀਤੀ ਹੁੰਦੀ ਹੈ ਉਹ ਸਵਾਲ ਮੈਂ ਤਾਂ ਜਵਾਬ ਦੇ ਰਿਹਾ ਯਾਰ ਮੈਂ ਨਹੀਂ ਤੁਹਾਡੀ ਪੁੱਛਿਆ ਯਾਰ ਤੇ ਇਹ ਸੱਚੀ ਇੱਕ ਬੜੇ ਮਾਣ ਵਾਲੀ ਗੱਲ ਹੈ ਐਂਡ ਮੈਂ ਜਦੋਂ ਇਹਨਾਂ ਨੂੰ ਮਿਲਿਆ ਸੀਗਾ ਜਦੋਂ ਏਕਮ ਲਈ ਇੱਕ ਸਾਨੂੰ ਯਾਦ ਹੈਗਾ ਤਾਂ ਇਹਨਾਂ ਨੇ ਜਾਂਦੇ ਜਾਂਦੇ ਮੈਨੂੰ ਕਿਹਾ ਸੀਗਾ ਵੀ ਗੁਰਜੀਤ ਆ ਜਾ ਤੇਰੇ ਲਈ ਹੈਗਾ ਵਧੀਆ ਕਰੈਕਟਰ ਹੈ ਪਰ ਤੂੰ ਇੰਨਾ ਵੱਡਾ ਨਹੀਂ ਹੈਗਾ ਪਰ ਵਧੀਆ ਤਾਂ ਉਹ ਭਰਾਬੰਦੀ ਇੱਕ ਸੀਗੀ ਉਦੋਂ ਤੇ ਅੱਜ ਇੱਕ ਵੱਖਰਾ ਲੈਵਲ ਅਚੀਵ ਕੀਤਾ ਇੰਟਰਨੈਸ਼ਨਲ ਲੈਵਲ ਤੇ ਸੋ ਸਲੂਟ ਭਾਜੀ ਵੈਰੀ ਬੋਗਰੇਟ ਈਵਨ ਮੈਂ ਪ੍ਰਾਊਡ ਫੀਲ ਕਰਦਾ ਤੂੰ ਪੀਟੀਸੀ ਤੇ ਬਹੁਤ ਦੇਰ ਤੋਂ ਕੰਮ ਕਰ ਰਿਹਾ ਰੀਅਲੀ ਮਤਲਬ ਜਦੋਂ ਵੀ ਚੈਨਲ ਤੇ ਆਪਾਂ ਕਦੇ ਦੇਖੀਦਾ ਪੰਜਾਬੀ ਤੇ ਜਦੋਂ ਤੇਰਾ ਸ਼ੋਅ ਹੁੰਦਾ ਤਾਂ ਮੈਂ ਪਲੀਜ਼ ਕੰਟੀਨਿਊ ਕਰਦਾ ਦੇਖਦਾ ਯਾਰ ਚਲੋ ਗੁਰਜੀਤ ਬੈਠਾ ਯਾਰ ਆਪਣਾ ਬੰਦਾ ਤਾਂ ਰੀਅਲੀ ਕਿਆ ਲਵਲੀ ਆ ਬਹੁਤ ਅੱਛਾ ਲੱਗਿਆ ਅੱਜ ਬੱਲੇ ਬੱਲੇ ਹੋ ਗਿਆ ਅੱਛਾ ਭਾਜੀ ਕੁਐਸਚਨ ਇਹ ਸੀਗਾ ਕਿ ਵਾਕਿਫ ਤਾਂ ਹੈਗੇ ਆ ਮੈਂ ਵੀ ਵਾਕਿਫ ਹੈਗਾ ਭਾਜੀ ਦਾ ਜਿਹੜਾ ਕੂਲ ਮਾਈਂਡਡ ਨੇਚਰ ਬਟ ਫਿਲਮ ਦੇ ਦੌਰਾਨ ਜਦੋਂ ਸ਼ੂਟਿੰਗ ਚੱਲਦੀ ਹੈ ਕਈ ਵਾਰ ਹੁੰਦਾ ਨਾ ਕਿ ਇੱਕ ਲਿਮਿਟ ਤੱਕ ਬੰਦਾ ਫੀਲ ਕਰਦਾ ਕਿ ਯਾਰ ਆਹ ਚੀਜ਼ ਨਹੀਂ ਹੋ ਰਹੀ ਹੈਗੀ ਆਹ ਨਹੀਂ ਨਿਕਲ ਰਿਹਾ ਹੈਗਾ ਤਾਂ ਕਦੇ ਇੱਦਾਂ ਹੋਇਆ ਕਿ ਭਾਅ ਜੀ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਹੋਵੇ ਜਾਂ ਤੁਸੀਂ ਇਹਨਾਂ ਦਾ ਕੁਝ ਹੋਰ ਡਿਫਰੈਂਟ ਨੇਚਰ ਦੇਖਿਆ ਹੋਵੇ ਉੱਥੇ ਨਹੀਂ ਮੈਂ ਦੋ ਫਿਲਮਾਂ ਵੱਖਰੇ ਵੱਖਰੇ ਰੂਪ ਹੁੰਦੇ ਨੇ ਮੈਂ ਤਾਂ ਬੁੱਝ ਨਹੀਂ ਮੈਂ ਦੋ ਫਿਲਮਾਂ ਕੀਤੀਆਂ ਮਨਦੀਪ ਹੁਣਾਂ ਦੇ ਨਾਲ ਅਤੇ ਹੀ ਇਜ਼ ਟੋਟਲੀ ਅ ਕੈਪਟਨ ਕੂਲ ਮਤਲਬ ਹੀ ਨੈਵਰ ਗੈਟ ਇਮਪੇਸ਼ੈਂਟ ਮਤਲਬ ਦਸਵਾਂ ਵੀ ਟੇਕ ਹੋ ਰਿਹਾ ਬਾਰਵਾਂ ਵੀ ਟੇਕ ਹੋ ਰਿਹਾ ਮਤਲਬ ਹੀ ਇਜ਼ ਕੂਲ ਹਿਜ਼ ਹੈਡ ਇਜ਼ ਆਲਵੇਜ਼ ਕੂਲ ਸੋ ਉਹਦਾ ਜਿਹੜਾ ਅਸਰ ਹੈ ਉਹ ਆਰਟਿਸਟ 'ਤੇ ਵੀ ਜਾਂਦਾ ਬਿਲਕੁਲ ਬਾਕੀ ਬੰਦਿਆਂ ਨੂੰ ਚਾਹੀਦਾ ਹੁੰਦਾ ਵੈਸੇ ਗਾਲਾਂ ਵਾਲਾ ਵੀ ਵਿੱਚ ਕਈ ਵਾਰ ਮਹਿਸੂਸ ਕਰਦਾ ਕਿਉਂਕਿ ਪ੍ਰੋਡਕਸ਼ਨ ਵਾਲੇ ਬਹੁਤ ਲੰਬੀ ਚੌੜੀ ਟੀਮ ਹੁੰਦੀ ਹੈ ਨਾ ਕੋਈ ਲਾਈਟ ਬੋਆਏ ਹੈ ਕੋਈ ਕੁਛ ਹੈ ਕੋਈ ਕੁਛ ਹੈ ਉਹ ਕਈ ਵਾਰ ਉਹ ਮਤਲਬ ਲੈ ਜਾਂਦੇ ਆ ਵੀ ਚੱਲ ਡਾਇਰੈਕਟਰ ਨੇ ਕਿਹੜੀ ਗਾਲ ਕੱਢਣੀ ਹੈ ਬਟ ਉਹ ਮਤਲਬ ਮਾਹੌਲ ਹੀ ਖਰਾਬ ਹੀ ਹੁੰਦਾ ਮੈਂ ਸਮਝਦਾ ਫਾਇਦਾ ਜ਼ਿਆਦਾ ਹੁੰਦਾ ਡਾਇਰੈਕਟਰ ਦੇ ਕੂਲ ਹੋਣ ਨਾਲ ਜ਼ਿਆਦਾ ਡਾਇਰੈਕਟਰ ਸ਼ੂਟਿੰਗ 'ਚ ਬਿਲੀਵ ਕਰਦੇ ਆ ਮੈਂ ਹੋਰ ਵੀ ਦੇਖੇ ਬੰਦੇ ਬਟ ਹੀ ਇਜ਼ ਆਲਵੇਜ਼ ਕੂਲ ਇਹਨਾਂ ਦੇ ਜਿਹੜੇ ਨਾਲ ਦੇ ਸਬਾਰਡੀਨੇਟ ਆ ਉਹ ਜ਼ਰੂਰ ਭੱਜ ਦੌੜ ਪਾ ਛੱਡਣਗੇ ਬਟ ਆਈ ਐਮ ਜਸਟ ਲੁਕਿੰਗ ਐਟ ਹਿਮ ਐਜ਼ ਅ ਡਾਇਰੈਕਟਰ ਕਿ ਠੀਕ ਹੈ ਮਤਲਬ ਇਫ ਹੀ ਵਾਂਟਸ ਵਨ ਮੋਰ ਫਰੋਮ ਮੀ ਤਾਂ ਆਈ ਵਿਲ ਆਲਵੇਜ਼ ਗਿਵ ਵਨ ਮੋਰ ਕਿਉਂਕਿ ਠੀਕ ਹੈ ਵਧੀਆ ਪ੍ਰੈਸ਼ਰ 'ਚ ਆ ਕੇ ਨਹੀਂ ਬਲਕਿ ਉਹ ਇਹ ਹੁੰਦਾ ਕਿ ਹੋਰ ਇੰਪਰੂਵ ਕਰਦੇ ਹਾਂ ਬਿਲਕੁਲ ਸਮਾਈਲ ਲੈ ਕੇ ਆਉਣੀ ਹੈ ਡਾਇਰੈਕਟਰ ਦੇ ਚਿਹਰੇ ਦੇ ਯਾ ਵੈਲ ਡਨ ਬੋਏ ਕਮ ਔਨ ਅੱਛਾ ਭਾਜੀ ਇੱਦਾਂ ਦੱਸੋ ਜਦੋਂ ਇਹਨਾਂ ਨੇ ਹੁਣ ਕਰ ਰਹੇ ਸੀ ਵੀ ਵੈਸੇ ਤਾਂ ਕੈਪਟਨ ਕੂਲ ਰਹੇ ਹਾਂ ਤੁਸੀਂ ਪਰ ਗੁੱਸਾ ਵੀ ਕਈ ਵਾਰ ਸ਼ਾਊਟ ਨਹੀਂ ਕਰਨਾ ਹੁੰਦਾ ਪਰ ਅੰਦਰੋਂ ਅੰਦਰ ਹੀ ਹੁੰਦਾ ਨਾ ਕਿ ਨਹੀਂ ਗੁੱਸਾ ਆਹ ਵੀ ਅੱਜ ਤਾਂ ਗੁੱਸਾ ਪੀਣਾ ਪੈਣਾ ਮੈਨੂੰ ਅਤੇ ਕਦੇ ਇੱਦਾਂ ਹੋਇਆ ਹੋਵੇ ਤਾਂ ਉਦੋਂ ਤੁਸੀਂ ਗੁੱਸਾ ਪੀਤਾ ਹੋਵੇ ਪਰ ਅੱਜ ਇੱਥੇ ਮੌਕਾ ਹੈਗਾ ਤੁਸੀਂ ਗੁੱਸਾ ਕੱਢ ਸਕਦੇ ਹੋ ਨਹੀਂ ਐਕਚੁਅਲੀ ਮੈਨੂੰ ਲੱਗਦਾ ਕਿ ਸਹੀ ਕਹਿ ਰਿਹਾ ਕੁਲਜਿੰਦਰ ਮੈਂ ਕਾਫੀ ਕੂਲ ਹਾਂ ਮਤਲਬ ਨੇਚਰ ਹੀ ਮੇਰੀ ਐਸੀ ਹੈ ਤਾਂ ਮੇਰਾ ਥੋੜ੍ਹਾ ਜਿਹਾ ਹੁੰਦਾ ਕਿ ਯਾਰ ਕਿ ਨਹੀਂ ਹੋ ਜਾਏਗਾ ਚੀਜ਼ਾਂ ਸੈੱਟ ਹੋ ਜਾਣਗੀਆਂ ਕੋਈ ਐਸੀ ਗੱਲ ਨਹੀਂ ਹੈ ਮਤਲਬ ਮੈਂ ਰਹਿੰਦਾ ਉਸ ਜ਼ੋਨ 'ਚ ਹੀ ਹਾਂ ਅਤੇ ਕਈ ਵਾਰ ਬਹੁਤ ਐਸੇ ਮੂਵਮੈਂਟਸ ਹੋ ਜਾਂਦੀਆਂ ਮਤਲਬ ਮੈਨੂੰ ਵੱਧ ਤੋਂ ਵੱਧ ਇਹ ਲੱਗਦਾ ਹੁੰਦਾ ਕਿ ਜਿਹੜੀ ਚੀਜ਼ ਅਸੀਂ 40 ਡੇਜ਼ ਵਿੱਚ ਕਰ ਸਕਦੇ ਹਾਂ ਹਾਂਜੀ ਅਗਰ ਉਹ ਕਿਸੇ ਕਾਰਨਾਂ ਕਰਕੇ ਲੇਟ ਹੋ ਰਹੀ ਹੈ ਤੋ ਡੇਜ਼ ਵੱਧ ਜਾਣਗੇ ਬਿਲਕੁਲ ਕੀ ਹੋ ਸਕਦਾ ਸਹੀ ਗੱਲ ਹੈ ਲੇਕਿਨ ਜੋ ਟਾਰਗੇਟ ਚਾਹੀਦਾ ਜੋ ਚੀਜ਼ ਇਹਦੋ ਅਚੀਵ ਕਰਨੀ ਬੜੀ ਜ਼ਰੂਰੀ ਹੈ ਬਿਲਕੁਲ ਅਤੇ ਮੈਂ ਆਪਣਾ ਕਦੇ ਵੀ ਮੇਰਾ ਕੂਲ ਖਰਾਬ ਹੁੰਦਾ ਨਹੀਂ ਕਹਿੰਦਾ ਮੈਂ ਹਮੇਸ਼ਾ ਉਦੇ ਰਹਿੰਦਾ ਉਹਨੇ ਤੇ ਹੁਣ ਤੁਹਾਡੇ ਲਈ ਇੱਕ ਬਹੁਤ ਵੱਡਾ ਸਵਾਲ ਆ ਰਿਹਾ ਤਿਆਰ ਹੋ ਜਾਓ ਵੱਡਾ ਸਵਾਲ ਇਹ ਹੈਗਾ ਕਿ ਕੁਲਜਿੰਦਰ ਸਿੱਧੂ
ਤੁਹਾਡੇ ਕੋ ਐਕਟਰ ਵੀ ਨੇ, ਮੂਵੀ ਦੇ ਪ੍ਰੋਡਿਊਸਰ ਵੀ ਨੇ, ਅਤੇ ਜੇ ਉੱਨਤੀ ਨੂੰ ਚੂਜ਼ ਕਰਨਾ ਹੋਵੇ ਕਿ ਤੁਸੀਂ ਜ਼ਿਆਦਾ ਪ੍ਰਭਾਵਿਤ ਕਿਤੋਂ ਹੋਏ ਹੋ, ਕੁਲਜਿੰਦਰ ਸਿੰਘ ਐਜ਼ ਆ ਪ੍ਰੋਡਿਊਸਰ ਜਾਂ ਫਿਰ ਐਜ਼ ਆ ਕੋ ਐਕਟਰ? ਵਿਦ ਨੋ ਡਾਊਟਸ ਕੋ ਐਕਟਰ, ਬਿਕੋਜ਼ ਹੀ ਇਜ਼ ਸੁਪਰਬਲੀ ਟੈਲੈਂਟਡ ਅਤੇ ਬੰਦਾ, ਅਤੇ ਸਿੱਧੂ ਸਰ ਬਹੁਤ ਜ਼ਿਆਦਾ ਟੈਲੈਂਟਡ, ਇਹਨਾਂ ਦੀ ਵੈਨਿਟੀ ਵਿੱਚ ਏਸੀ ਨਹੀਂ ਚੱਲਦਾ ਸੀਗਾ ਐਜ਼ ਆ ਪ੍ਰੋਡਿਊਸਰ ਦਾ? ਨਹੀਂ, ਪ੍ਰੋਡਿਊਸਰਸ ਐਕਟਰ ਪ੍ਰੋਡਿਊਸਰਸ ਕੀ ਥੋੜ੍ਹੀ ਹੋਤੀ ਰਹਤੀ ਹੈ, ਤੋ ਵੋ ਯਾਰ ਡਿਸਕਸ ਨਹੀਂ ਕਰ ਸਕਦੇ, ਅਤੇ ਕੋ ਐਕਟਰ ਕੀ ਤੁਸੀਂ ਗੱਲ ਕਰੋਗੇ ਅਤੇ ਸਿੱਧੂ ਜੀ ਬਹੁਤ ਹੀ ਜ਼ਿਆਦਾ ਟੈਲੈਂਟਡ ਹੈ, ਉਨਕੀ ਸਕਰੀਨ ਪ੍ਰੈਜੈਂਸ ਬਹੁਤ ਅੱਛੀ ਹੈ, ਅਤੇ ਜਬ ਵੀ ਮੈਂ ਹਮ ਦੋਨੋਂ ਦਾ ਵੀ ਕੋਈ ਸ਼ੋਟ ਹੁੰਦਾ ਸੀ ਅਤੇ ਉਹ ਕਾਫੀ ਸਪੋਰਟਿਵ ਥੇ ਉਸ ਚੀਜ਼ ਕੋ ਵੀ ਲੈ ਕਰਕੇ, ਅਤੇ ਤੁਸੀਂ ਇਹ ਡਾਇਲੋਗ ਕੋ ਇਸ ਤਰੀਕੇ ਸੇ ਬੋਲੋ ਅਤੇ ਇਸ ਤਰੀਕੇ ਸੇ ਤੁਸੀਂ ਗੱਲ ਕਰੋ, ਤੋ ਆਈ ਥਿੰਕ ਸਭ ਸਭ ਲੋਕ ਜਾਣਤੇ ਕਿ ਸਕਰੀਨ ਪ੍ਰੈਜੈਂਸ ਤੋਂ ਆਪ ਜੋ ਦੇਖਤੇ ਹੋ ਵੋ ਸਾਹਮਣੇ ਰਹਿਤੀ ਹੈ, ਬਟ ਪੀਛੇ ਬੰਦਾ ਜਬ ਸਪੋਰਟਿਵ ਰਹਿਤਾ ਹੈ ਤੋ ਆਪਕਾ ਟੈਂਪਰ ਕੂਲ ਡਾਊਨ ਹੋਤਾ ਹੈ, ਵੈਸੇ ਹੀ ਆਪ ਕਾਫੀ ਸਟ੍ਰੈਸਡ ਰਹਿਤੇ ਹੋ ਟੈਕਨੀਕਲੀ ਵੀ, ਕਿ ਹਮਨੇ ਸ਼ੋਟ ਵੀ ਦੇਣਾ ਹੈ, ਅੱਛਾ ਵੀ ਦੇਖਣਾ ਹੈ, ਮੇਕਅਪ ਵੀ ਦੇਖਣਾ ਹੈ, ਹੇਅਰ ਵੀ, ਐਂਡ ਅਗਰ ਕੁਛ ਵੀ ਰੀਟੇਕਸ ਵੀ ਹੋਤੇ ਤੋ ਡਾਇਰੈਕਟਰ ਕੇ ਲਈ ਵੀ ਸੋਚਣਾ ਪੜਤਾ ਹੈ, ਐਂਡ ਅਗਰ ਕਿਸੀ ਇੱਕ ਬੰਦੇ ਕੀ ਗਲਤੀ ਹੋਤੀ ਤੋ ਵੋ ਸਾਰਾ ਸਾਰਾ ਪੂਰਾ ਕਰੂ ਮੈਨੇਜ ਕਰਤਾ ਹੈ, ਬਿਲਕੁਲ, ਤੋ ਆਈ ਥਿੰਕ ਡਾਇਰੈਕਟਰ ਵੀ ਮੇਰੇ ਕਾਫੀ ਸਪੋਰਟਿਵ ਥੇ, ਇਸ ਲਈ ਨਹੀਂ ਕਹਿ ਰਹੀ ਹੂੰ ਕਿ ਹਮ ਯਹਾਂ ਬੈਠੇ, ਬਟ ਆਈ ਜੈਨੂਇਨਲੀ ਫੀਲ ਦੈਟ, ਐਂਡ ਸਰ ਵੀ ਸਿੱਧੂ ਸਰ ਵੀ ਕਾਫੀ ਸਪੋਰਟਿਵ ਥੇ, ਕਦੋ ਵੀ ਡਾਇਲੋਗਸ ਮੇਰਾ ਸਹੀ ਨਹੀਂ ਹੋਤਾ ਥਾ ਯਾ ਪ੍ਰੋਨਾਂਸੀਏਸ਼ਨ ਸਹੀ ਨਹੀਂ ਰਹਿਤੀ ਥੀ, ਤੋ ਕਾਫੀ ਸਪੋਰਟ ਕਰਤੇ ਥੇ, ਤੋ ਐਨੀ ਡੇ ਸਿੱਧੂ ਸਰ ਐਜ਼ ਅ ਐਕਟਰ, ਨਾਟ ਐਜ਼ ਅ ਪ੍ਰੋਡਿਊਸਰ, ਸਿੱਧੂ ਸਰ ਕਹੀ ਜਾਂਦੇ ਜਦੋਂ ਤੁਸੀਂ ਸੀਨ ਕੋਈ ਐਦਾਂ, ਕਿਉਂਕਿ ਤੁਸੀਂ ਕੋ ਐਕਟਰ ਹੋ ਆਪੋਜ਼ਿਟ ਕੁਝ ਐਦਾਂ ਰੋਮੈਂਟਿਕ ਸੀਨਸ ਵੀ ਆਉਂਦੇ ਨੇ ਓਬਵੀਅਸਲੀ, ਕਿ ਨਹੀਂ ਫਿਲਮ ਦੇ ਵਿੱਚ ਹਰ ਤਰ੍ਹਾਂ ਦਾ, ਫਿਰ ਉਦੋਂ ਸਰ ਦੀ ਇਮੇਜ ਨੂੰ ਕਿੱਦਾਂ ਬ੍ਰੇਕ ਕਰਦੇ ਸੀਗੇ? ਨਹੀਂ, ਸੈੱਟ 'ਤੇ ਆਤੇ ਆਤੇ ਉਹ ਸਰ ਖਤਮ ਹੋ ਜਾਂਦਾ ਥਾ, ਉਹ ਇੰਪੋਰਟੈਂਟ ਇਸ ਲਈ ਹੈ ਕਿਉਂਕਿ ਅਗਰ ਮੈਂ ਉਹ ਇੱਕ ਧਿਆਨ ਮੇ ਰੱਖ ਕੇ ਚੱਲੂੰਗੀ ਦੈਟ ਹੀ ਇਜ਼ ਮਾਈ ਸਰ, ਤੋ ਮੈਂ ਸ਼ਾਇਦ ਨਹੀਂ ਕਰ ਪਾਊਂਗੀ, ਸੋ ਆਈ ਹੈਵ ਟੂ ਬ੍ਰੇਕ ਦੈਟ ਇਮੇਜ ਇਨ ਮਾਈ ਓਨ ਸੈਲਫ ਦੈਟ ਹੀ ਇਜ਼ ਮਾਈ ਕੋ ਐਕਟਰ, ਹੀ ਇਜ਼ ਨੋਟ ਅ ਪ੍ਰੋਡਿਊਸਰ, ਹੀ ਇਜ਼ ਮਾਈ ਕੋ ਐਕਟਰ ਹੂ ਇਜ਼ ਵਰਕਿੰਗ ਐਜ਼ ਆਈ ਐਮ ਵਰਕਿੰਗ, ਤੋ ਮੁਝੇ ਪਰਫੋਰਮ ਕਰਨੇ ਕੇ ਲਈ ਆਈ ਥਿੰਕ ਮੈਨੂੰ ਬਹੁਤ ਕੂਲ ਥੀ ਮੈਂ ਯੇ ਸਾਰੀ ਚੀਜ਼ੋ ਮੈਂ, ਸੋ ਆਈ ਥਿੰਕ ਬਿਲਕੁਲ ਜੀ ਬਿਲਕੁਲ, ਅਤੇ ਸਿੱਧੂ ਸਰ ਯੋਧਾ ਜਿਹੜਾ ਤੁਹਾਡਾ, ਉਹ ਤਾਂ ਨੋ ਡਾਊਟ ਇੱਕ ਬਹੁਤ ਟਫ ਕਰੈਕਟਰ ਹੈਗਾ ਕਿ ਨਹੀਂ, ਦੇਖਣ ਨੂੰ ਲੱਗਦਾ ਕਿ ਬਹੁਤ ਟਫ ਜੀ ਲਾਈਫ ਜੀ ਕੇ, ਜਿੱਦਾਂ ਤੁਸੀਂ ਦੱਸਿਆ ਹੈਗਾ ਕਿ ਆਪਣੇ ਆਪ 'ਚ ਨਹੀਂ, ਉਹਨੇ ਬਹੁਤ ਹਾਰਡ ਵਰਕ ਕਰਕੇ, ਯੋਧਾ ਕਰੈਕਟਰ ਵਾਈਜ਼ ਆਪਾਂ ਦੇਖੀਏ, ਪਰ ਜਦੋਂ ਨਵਦੀਪ ਦਾ ਕਰੈਕਟਰ ਆਉਂਦਾ ਹੈਗਾ, ਇੱਕ ਰੋਮੈਂਸ ਜਿਹਨੂੰ ਫਿਲਮ ਦੇ ਵਿੱਚ ਆਉਂਦਾ ਹੈਗਾ ਫਿਲਮ ਦੇ ਪੁਆਇੰਟ ਆਫ ਵਿਊ, ਤਾਂ ਉਸ ਟਫ ਕਰੈਕਟਰ ਨੂੰ ਇਹਨਾਂ ਨੇ ਫਿਰ ਕਿੰਨਾ ਕੁ ਮਤਲਬ ਅਟਰੈਕਟ ਕੀਤਾ, ਕੀਤਾ ਵੀ ਕਿ ਨਹੀਂ, ਮਤਲਬ ਪਿਆਰ ਵਿੱਚ ਪਿਆ ਹੀ ਯੋਧਾ ਕਿ ਨਹੀਂ ਪਿਆ ਹੈਗਾ? ਪੂਰਾ ਪੂਰਾ ਜੀ, ਹਲੇ ਕਾਮਯਾਬ ਹੋਏ ਤੇ ਉਹ ਚੋਣ ਲਈ ਇੱਕ ਸਾਡਾ ਰੋਮਾਂਟਿਕ ਟਰੈਕ ਵੀ ਐਕਸ ਫਿਲਮ ਦੇ ਵਿੱਚ, ਅਤੇ ਉਹਦੇ 'ਚ ਤੁਹਾਨੂੰ ਕੈਮਿਸਟਰੀ ਸਾਡੀ ਨਜ਼ਰ ਆਏਗੀ, ਆਈ ਬਿਲੀਵ ਕਾਫੀ ਜਿਵੇਂ ਮੇਰੀ ਤਾਰੀਫ ਕਰਦੀ ਹੈ, ਉਹ ਵਾਰੀ ਦਾ ਵੱਟਾ ਨਹੀਂ ਮੈਂ ਲਾ ਰਿਹਾ, ਐਕਚੁਲੀ ਸ਼ੀ ਵਾਜ਼ ਵੈਰੀ ਗੁੱਡ, ਐਂਡ ਅੱਛਾ ਅਸੀਂ ਫੀਲ ਕਰਕੇ ਕਰੀਦਾ ਸੀ ਜਿਹੜਾ ਵੀ ਕੰਮ ਕਰੀਦਾ ਸੀਗਾ, ਕਈ ਵਾਰ ਤਾਂ ਜ਼ਿਆਦਾ ਫੀਲ ਕਰ ਲਈਦਾ ਸੀ, ਮੇਰੀ ਵਾਈਫ ਸੈੱਟ 'ਤੇ ਹੁੰਦੀ ਸੀ, ਉਹਨੂੰ ਪ੍ਰੋਬਲਮ ਹੋ ਜਾਂਦੀ ਸੀ, ਅਤੇ ਮਨਦੀਪ ਭਾਅ ਜੀ ਕਿਤੇ ਇਹ ਤਾਂ ਨਹੀਂ ਸੀ ਵੀ ਜਿਹੜਾ ਯੋਧਾ ਬਣਿਆ ਇਹਨਾਂ ਨੇ ਦੱਸਿਆ ਨਹੀਂ ਵੀ ਕਿੱਦਾਂ ਬਣਿਆ, ਕਿਉਂ ਬਣਿਆ, ਕਿਤੇ ਪਿਆਰ ਵਿੱਚ ਯੋਧਾ ਤਾਂ ਨਹੀਂ ਬਣ ਗਿਆ ਸੀ, ਇੰਨੀਆਂ ਤਾਰੀਫਾਂ ਕਰ ਰਹੇ ਨੇ, ਅਸੀਂ ਹੁਣ ਰਿਵੀਲ ਨਹੀਂ ਕਰ ਸਕਦੇ ਕੁਛ, ਇਹ 31 ਤੋਂ ਬਾਅਦ ਕਿਆ ਬਾਤ ਹੈ ਜੀਗਾ। ਵੈਲ ਦੋਸਤੋ, 31 ਅਕਟੂਬਰ ਨੂੰ ਤਾਂ ਸਾਰੇ ਮੂਵੀ ਦੇਖਣਗੇ ਬੜੀ ਉਤਸੁਕਤਾ ਨਾਲ ਦੇਖਣਗੇ ਇਨਫੈਕਟ, ਪਰ ਤੁਸੀਂ ਇਸ ਇੰਟਰਵਿਊ ਨੂੰ ਛੱਡ ਕੇ ਕਿਤੇ ਨਾ ਜਾਇਓ ਜੀ, ਆਪਾਂ ਹਾਲੇ ਬਹੁਤ ਪਿਆਰੀਆਂ ਗੱਲਾਂ ਹੋਰ ਵੀ ਇਹਨਾਂ ਨਾਲ ਕਰਨੀਆਂ ਨੇ ਤਿੰਨੋਂ ਜਣਿਆਂ ਦੇ ਨਾਲ, ਮਿਲਦੇ ਹਾਂ ਆਪਾਂ ਇੱਕ ਨਿੱਕੀ ਜਿਹੀ ਪਿਆਰੀ ਜੀ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਬੇਲੀਓ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ। ਤੁਸੀਂ ਵੇਖ ਰਹੇ ਹੋ ਮੇਰੇ ਨਾਲ PTC ਸ਼ੋਕੇਸ ਅਤੇ ਮੇਰੇ ਨਾਲ ਨਾਲ ਤੁਸੀਂ ਮੁਲਾਕਾਤ ਕਰ ਰਹੇ ਹੋ ਫਿਲਮ ਯੋਧਾ ਦੀ ਸਟਾਰ ਕਾਸਟ ਦੇ ਨਾਲ ਅਤੇ ਕੈਪਟਨ ਆਫ ਦਾ ਸ਼ਿਪ ਸਟਾਰ ਕਾਸਟ ਦੇ ਨਾਲ ਨਾਲ। ਜਿੱਦਾਂ ਕਿ ਫਿਲਮ ਦਾ ਕੋਨਸੈਪਟ ਤਾਂ ਵੱਖਰਾ ਹੈ ਹੀ ਹੈ ਜੀ, ਜੇ ਕੋਨਸੈਪਟ ਵੱਖਰਾ ਹੁੰਦਾ ਉਸੇ ਦੇ ਮੁਤਾਬਿਕ ਮਿਊਜ਼ਿਕ ਵੀ ਮੇਰੇ ਖਿਆਲ ਡਾਇਰੈਕਟ ਹੁੰਦਾ ਹੈਗਾ, ਤਾਂ ਮਿਊਜ਼ਿਕ ਕਿੱਦਾਂ ਦਾ ਹੈਗਾ, ਕਿਹੋ ਜਿਹਾ ਡਿਫਰੈਂਟ ਮਿਊਜ਼ਿਕ ਸੁਣਨ ਨੂੰ ਮਿਲੂਗਾ ਆਡੀਅੰਸ ਨੂੰ? ਮਨਦੀਪ ਜੀ, ਮਿਊਜ਼ਿਕ ਜੀ ਬਿਲਕੁਲ ਆਪਣਾ ਗੁਰਮੀਤ ਸਿੰਘ ਜੀ ਨੇ ਮਿਊਜ਼ਿਕ ਦਿੱਤਾ ਜੀ, ਅਤੇ ਸ਼ੁਰੂ ਤੋਂ ਹੀ ਜਿੱਦਾਂ ਅਸੀਂ ਸਟੋਰੀ 'ਤੇ ਵਰਕ ਕਰਦੇ ਸੀ, ਕਿਉਂਕਿ ਸਾਡੇ ਨਾਲ ਅਮਰਦੀਪ ਗਿੱਲ ਸਾਹਿਬ ਸੀਗੇ ਕੋ ਰਾਈਟਰ, ਅਤੇ ਨਾਲ ਉਹ ਲਿਰਿਕਸ ਰਾਈਟਰ ਵੀ ਹੈ ਫਿਲਮ ਦੇ ਜੀ, ਗਾਣੇ ਉਹਨਾਂ ਨੇ ਲਿਖੇ, ਸਾਨੂੰ ਉਹਨਾਂ ਨੇ ਗਾਣੇ ਸੁਣਾਏ, ਅਤੇ ਉਦੋਂ ਤੋਂ ਇਹ ਲੱਗੇ ਹੋਏ ਸੀ ਕਿ ਮਿਊਜ਼ਿਕ ਬਹੁਤ ਵਧੀਆ ਹੋਣਾ ਚਾਹੀਦਾ, ਕਿਉਂਕਿ ਜ਼ਹਿਨ ਸੀਗਾ ਕਿ ਟਾਈਟਲ ਟਰੈਕ 'ਤੇ ਕਿ ਯੋਧਾ 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 ਤਾਂ ਚਾਹੀਦਾ ਹੀ ਹੈ। ਸਹੀ ਆ, ਅਤੇ ਕਾਫੀ ਮਿਹਨਤ ਕੀਤੀ ਅਤੇ ਫਾਈਨਲੀ ਉਹ ਜੋ ਯੋਧਾ ਟਾਈਟਲ ਸੌਂਗ ਹੈ ਉਹ ਦਲੇਰ ਮਹਿੰਦੀ ਸਾਹਿਬ ਨੇ ਗਾਇਆ। ਹਾਂਜੀ, ਅਤੇ ਉਹ ਹੁਣ ਉਹਦੇ ਪ੍ਰੋਮੋਜ਼ ਆਨੇਅਰ ਹੋ ਚੁੱਕੇ ਨੇ ਜੀ, ਅਤੇ ਬਹੁਤ ਪਸੰਦ ਕਰ ਰਹੇ ਨੇ ਲੋਕ। ਇਸ ਤੋਂ ਇਲਾਵਾ ਹੋਰ ਬਹੁਤ ਵਧੀਆ ਵਧੀਆ ਗਾਣੇ ਹੈ, ਖੰਡਾ ਸੌਂਗ ਹੈ ਅਤੇ ਆਪਣਾ ਹੋਰ ਕਈ ਗਾਣੇ ਨੇ ਜੋ ਕਿ ਹੈ, ਅਤੇ ਬਹੁਤ ਕਮਾਲ ਦੇ ਸੌਂਗ ਨੇ, ਜੈਜ਼ੀ ਉਹਨਾਂ ਦਾ ਗਾਣਾ ਹੈ ਫਿਲਮ 'ਚ, ਅਤੇ ਅੱਛਾ ਹੈ ਮਿਊਜ਼ਿਕ, ਬਹੁਤ ਮੈਂ ਵੈਰੀ ਸੈਟੀਸਫਾਈਡ ਅਬਾਊਟ ਦ ਮਿਊਜ਼ਿਕ, ਅੱਛਾ ਹੈ ਮਿਊਜ਼ਿਕ। ਅਤੇ ਉਹਨਾਂ 'ਤੇ ਤੁਸੀਂ ਦੱਸੋ ਕਿ ਫਿਲਮ ਦੇ ਵਿੱਚ ਕਿਹੜਾ ਇੱਕ ਅਜਿਹਾ ਸੌਂਗ ਹੈਗਾ ਜੋ ਤੁਸੀਂ ਵਾਰ ਵਾਰ ਸੁਣਨਾ ਪਸੰਦ ਕਰਦੇ ਹੋ? ਮਾਈ ਫੇਵਰੇਟ ਸੌਂਗ ਰਾਂਝਾ ਰਾਂਝਾ, ਬਿਕੋਜ਼ ਬਹੁਤ ਹੀ ਅੱਛੇ ਲਿਰਿਕਸ ਹੈ ਉਸਕੇ, ਐਂਡ ਜੋ ਮਿਊਜ਼ਿਕ ਡਾਇਰੈਕਟਰ ਨੇ ਜੋ ਮਿਊਜ਼ਿਕ ਦੀ ਹੈ ਵੋ ਐਸੇ ਦੀ ਹੈ ਕਿ ਆਪ ਗੁਨਗੁਨਾਤੇ ਰਹੋਗੇ ਵੋ ਮਿਊਜ਼ਿਕ ਕੋ, ਐਂਡ ਇਨਫੈਕਟ ਜੋ ਪਿਕਚਰਾਈਜੇਸ਼ਨ ਵੀ ਹੋਆ ਹੈ ਆਈ ਰੀਅਲੀ ਲਵਡ ਇਟ। ਤੇ ਫਿਰ ਗੁਨਗੁਨਾਈ ਦੋ ਮੇਰੇ ਲਈ ਮਾੜਾ ਜਿਹਾ। ਮੈਨੂੰ ਰਾਂਝਾ ਰਾਂਝਾ ਕਰਦੀ ਨੂੰ ਅੱਜ ਰਾਂਝਾ ਮਿਲਨੇ ਆਇਆ ਹੈ। ਅੱਛਾ ਕੁਲਜਿੰਦਰ ਭਾਜੀ, ਜਿੱਥੇ ਕਿ ਇਹ ਫਿਲਮ ਓਬਵੀਅਸਲੀ ਦੇਖਣ ਨੂੰ ਲੱਗ ਰਿਹਾ ਕਿ ਪੂਰਾ ਖੜਕਾ ਦੜਕਾ ਤਾਂ ਨਜ਼ਰ ਆ ਰਿਹਾ, ਐਕਸ਼ਨ ਬਾਰੇ ਸਾਨੂੰ ਦੱਸੋ ਵੀ ਇਹ ਕਿੰਨਾ ਕੁ ਟਫ ਸੀਗਾ ਐਕਸ਼ਨ ਕਰਨਾ? ਬਾਡੀ ਬਣਾਉਣੀ ਇਜ਼ ਡਿਫਰੈਂਟ ਥਿੰਗ, ਐਕਸ਼ਨ ਕਰਨਾ ਇਜ਼ ਡਿਫਰੈਂਟ ਥਿੰਗ, ਨਹੀਂ ਤਾਂ ਕਿਹਨੇ ਐਕਸ਼ਨ ਡਾਇਰੈਕਟ ਕੀਤਾ ਨਾਲੇ? ਐਕਸ਼ਨ ਡਾਇਰੈਕਟਰ ਇਹਦੇ ਮਹਿੰਦਰ ਵਰਮਾ ਨੇ, ਮਨਦੀਪ ਜੀ ਲੈ ਕੇ ਆਏ ਸੀ ਉਹਨਾਂ ਨੂੰ ਔਨ ਬੋਰਡ, ਅਤੇ ਮੇਰੇ ਖਿਆਲ ਨਾਲ ਸਾਡਾ 30 ਦਿਨ ਦਾ ਐਕਸ਼ਨ ਹੀ ਸ਼ੂਟ ਹੋਇਆ ਫਿਲਮ ਦਾ। 30 ਦਿਨ ਦਾ? ਯਾ, ਐਂਡ ਫਿਲਮ ਮਤਲਬ ਪੰਜਾਬੀ ਫਿਲਮ 30 ਦਿਨ 'ਚ ਕੰਪਲੀਟ ਹੋ ਜਾਂਦੀ ਆ। ਐਕਸ਼ਨ ਕਰ ਰਹੇ ਜੀ, ਬਿਲਕੁਲ ਐਬਸੋਲੂਟਲੀ ਅਮੇਜ਼ਿੰਗ ਕੰਮ ਹੋਇਆ ਐਕਸ਼ਨ, ਮਤਲਬ ਮੇਰੇ ਖਿਆਲ ਨਾਲ ਇਹ ਜਿਹੜਾ ਲੈਵਲ ਐਕਸ਼ਨ ਦਾ ਇਸ ਫਿਲਮ ਦੇ ਵਿੱਚ ਸੈੱਟ ਹੋਏਗਾ, ਇਟ ਵਿਲ ਬੀ ਅ ਬੈਂਚ ਮਾਰਕ, ਇਟ ਵਿਲ ਬੀ ਅ ਮਾਈਲ ਸਟੋਨ ਫੋਰ ਸ਼ੋਰ। ਮੈਂ ਕੌਨਫੀਡੈਂਟਲੀ ਐਂਡ ਆਈ ਪ੍ਰੋਮਿਸ ਕਿ ਜਿਹੜੀ ਗੱਲ ਮੈਂ ਕਹਿ ਰਿਹਾ ਤੁਹਾਨੂੰ ਸਕਰੀਨ 'ਤੇ ਨਜ਼ਰ ਆਏਗੀ 31 ਅਕਤੂਬਰ ਨੂੰ। ਇਹਦਾ ਜਿਹੜਾ ਐਕਸ਼ਨ ਦੇ ਜੋ ਸੀਨ ਲਿਖੇ ਸੀਗੇ ਐਂਡ ਜੋ ਉਹਨਾਂ ਨੂੰ ਫਿਲਮਾਇਆ ਗਿਆ ਉਹ ਮਤਲਬ ਕਮਾਲ ਹੈ। ਜਿਹੜਾ ਅਸੀਂ ਕਲਾਈਮੈਕਸ ਸੋਚਿਆ ਸੀ ਕਿ 4 ਕੁ ਦਿਨ 'ਚ ਅਸੀਂ ਸ਼ੂਟ ਕਰਨਾ ਇੱਕ ਪਰਟੀਕੁਲਰ ਲੋਕੇਸ਼ਨ ਸੀਗੀ, ਉਹ ਮਤਲਬ ਇੰਨਾ ਵਧੀਆ ਆਊਟਪੁੱਟ ਆ ਰਹੀ ਸੀ ਕਿ ਅਸੀਂ 8 ਦਿਨ 10 ਦਿਨ ਵੀ ਲੱਗੇ ਰਹੇ ਅਤੇ ਪ੍ਰੋਡਿਊਸਰ ਜਿਹੜੇ ਬਾਕੀ ਵੀ ਸੀ ਨਾਲ ਦੇ ਉਹ ਚੀਕਾ ਉਹ ਜ਼ਰੂਰ ਚੀਕਾ ਮਾਰਦੇ ਰਹੇ ਕਿ ਯਾਰ ਖਤਮ ਕਰੋ, ਬਟ ਸਾਨੂੰ ਮਜ਼ਾ ਆ ਰਿਹਾ ਸੀ ਜਿਹੜੇ ਅਸੀਂ ਇਨਵੋਲਵ ਸੀ ਕਿ ਕੋਈ ਨਹੀਂ ਚਲੀ ਜਾਣ ਦਿਓ। ਥੋੜ੍ਹਾ ਬਹੁਤ ਓਵਰ ਬਜਟ ਹੋਇਆ ਬਟ ਐਂਡ ਆਫ ਦੀ ਡੇ ਜੋ ਰਿਜ਼ਲਟ ਨਜ਼ਰ ਆ ਰਿਹਾ, ਥੋੜ੍ਹੇ ਜਿਹੇ ਝਲਕਤਾ ਪ੍ਰੋਮੋ 'ਚ ਵੀ ਨਜ਼ਰ ਆ ਰਹੀ ਹੈ, ਵੀ ਆਰ ਮੋਰ ਦੈਨ ਸੈਟੀਸਫਾਈਡ। ਗ੍ਰੇਟ। ਫਿਊਚਰ ਵਿੱਚ ਵੀ ਕੀ ਇਹੀ ਪਲਾਨ ਰਹੇਗਾ ਮਾਇੰਡ ਦੇ ਵਿੱਚ ਕਿ ਇੱਦਾਂ ਦੀਆਂ ਫਿਲਮਾਂ ਬਣਾਉਣੀਆਂ ਨੇ ਮੈਂ ਇਸੇ ਜੋਨਰ ਨੂੰ ਲੈ ਕੇ? ਇੱਦਾਂ ਨਹੀਂ, ਐਸਾ ਕੁਛ ਨਹੀਂ ਹੈ ਜੀ, ਕੋਈ ਨਹੀਂ ਐਸਾ ਕੋਈ ਫਿਕਸ ਮਾਇੰਡ ਨਹੀਂ ਆ ਕਿ ਇਸ ਤਰ੍ਹਾਂ ਦੀਆਂ ਬਣਾਉਣੀਆਂ ਜਾਂ ਇਹ ਜੋਨਰ ਅਟੈਂਪਟ ਕਰਨਾ ਜਾਂ ਨਹੀਂ ਕਰਨਾ, ਇਹੋ ਜਿਹਾ ਕੋਈ ਬੈਰੀਅਰ ਨਹੀਂ ਹੈ। ਜਦੋਂ ਵੀ ਸਟੋਰੀ ਅੱਛੀ ਮਿਲੀ ਕਿਤਿਓਂ ਵੀ ਆਈ ਤਾਂ ਵਿਲ ਮੇਕ ਅ ਫਿਲਮ ਔਨ ਦੈਟ ਜੀ। ਕਿਆ ਬਾਤ ਹੈ, ਚਲੋ ਆਲ ਦਾ ਬੈਸਟ ਉਹਦੇ ਲਈ ਵੀ, ਆਪਾਂ ਨਵੇਂ ਨਵੇਂ ਜਿਹੜੇ ਹੈਗੇ ਕਨਸੈਪਟ ਵੀ ਸਾਹਮਣੇ ਆਣਗੇ। ਯਾ ਸ਼ੋਰ, ਮਤਲਬ ਵਿਲ ਆਲਵੇਸ ਟ੍ਰਾਈ ਟੂ ਡੂ ਸਮਥਿੰਗ ਡਿਫਰੈਂਟ, ਮਤਲਬ ਇਹ ਆਊਟ ਆਫ ਦਾ ਜੋ ਚੱਲ ਰਿਹਾ ਰੂਟੀਨ, ਵੀ ਡੋਂਟ ਵਾਂਟ ਟੂ ਡੂ ਦੈਟ। ਮਤਲਬ ਸਾਡਾ ਹੱਕ 'ਚ ਵੀ ਇੱਕ ਅਟੈਂਪਟ ਕੀਤੀ ਸੀ, ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ, ਯੋਧਾ 'ਚ ਵੀ ਇੱਕ ਅਟੈਂਪਟ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਡਿਫਰੈਂਟ ਫਿਲਮ ਹੈ, ਇੱਕ ਕਹਿਣ ਨੂੰ ਡਿਫਰੈਂਟ ਹੁੰਦੀ ਹੈ, ਇੱਕ ਦੇਖਣ 'ਚ ਜਿਹੜੀ ਡਿਫਰੈਂਟ ਲੱਗੇ ਅਸਲ 'ਚ ਡਿਫਰੈਂਟ ਉਹ ਹੁੰਦੀ ਹੈ। ਸਹੀ ਗੱਲ, ਸੋ ਦੇਖ ਰਿਹਾ ਲੋਕਾਂ ਨੂੰ ਟ੍ਰੇਲਰ ਵਿੱਚ ਕਿ ਇਟ ਇਜ਼ ਉਨ੍ਹਾਂ ਦੀ। ਤੁਸੀਂ ਡੈਬਿਊ ਕਰ ਰਹੇ ਹੋ ਨੋ ਡਾਊਟ ਇਸ ਫਿਲਮ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ,
ਇਨ ਫਿਊਚਰ ਵੀ ਕੀ ਤੁਸੀਂ ਪੰਜਾਬੀ ਫਿਲਮਾਂ ਕਰਦੇ ਰਹੋਗੇ ਜਾਂ ਫਿਰ ਹੁਣ ਬਾਲੀਵੁੱਡ ਵੱਲ ਬਿਜ਼ੀ ਹੋ ਰਹੇ ਹੋ ਜਾਂ ਹੋਣਾ ਚਾਹੁੰਦੇ ਉੱਧਰ ਹੀ? ਉਹ 31 ਅਕਟੂਬਰ ਕੇ ਬਾਅਦ ਪਤਾ ਚੱਲੇਗਾ ਕਿ ਪੰਜਾਬੀ ਲੋਕ ਮੁਝੇ ਕਿੰਨਾ ਪਸੰਦ ਕਰ ਰਹੇ। ਮੈਂ ਐਜ਼ ਅ ਐਕਟਰ ਤੋਂ ਹਰ ਜਗ੍ਹਾ ਕੰਮ ਕਰਨਾ ਚਾਹਤੀ ਹੂੰ, ਬਟ ਅਤੇ ਮੇਰੀ ਦਿਲੀ ਇੱਛਾ ਹੈ ਅਤੇ ਮੈਂ ਪੰਜਾਬੀ ਸਿਨੇਮਾ ਮੈਂ ਔਰ ਕੰਟਰੀਬਿਊਟ ਕਰੂੰ ਐਜ਼ ਐਨ ਐਕਟਰ। ਅਤੇ ਡਿਪੈਂਡ ਕਰਦਾ ਹੈ ਕਿ ਬੰਦੇ ਲੋਕ ਨਵਦੀਪ ਨੂੰ ਪਸੰਦ ਕਰਦੇ ਜਾਂ ਨਹੀਂ ਕਰਦੇ, ਤਾਂ ਉਹ ਵੀ ਸੋ ਐਕਸਾਈਟਿਡ। ਕੋਈ ਨਹੀਂ, ਇੱਕ ਪੰਜਾਬੀ ਨੇ ਪਸੰਦ ਕਰ ਲਿਆ, ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈਗੀ, ਇੱਧਰ ਦੋਵਾਂ ਨੇ ਪਹਿਲਾਂ ਕੀਤਾ ਵੱਧ ਰਿਹਾ ਹੌਲੀ ਹੌਲੀ ਐਡ ਆਨ ਹੋ ਰਿਹਾ ਜੀ। ਬਿਲਕੁਲ ਬਿਲਕੁਲ, ਤੁਸੀਂ ਕਰਦੇ ਹੋ ਨਹੀਂ, ਪੀਪਲ ਵਿਲ ਲਵ ਹਰ ਕਰੈਕਟਰ ਆਮ ਸ਼ੋਰ। ਬਹੁਤ ਅੱਛਾ ਕੰਮ ਕੀਤਾ ਇਹਨੇ, ਔਰ ਕਰੈਕਟਰ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਮੇਨ ਕਹਾਣੀ ਜਿਹੜੀ ਹੈ ਇਸ ਕਰੈਕਟਰ ਦੇ ਦੁਆਲੇ ਘੁੰਮ ਰਹੀ ਹੈ, ਐਕਚੁਅਲੀ ਇਟ ਇਜ਼ ਦੇਅਰ, ਅਤੇ ਅੱਛਾ ਪਸੰਦ ਆਏਗਾ ਕਰੈਕਟਰ। ਜਿਨ੍ਹਾਂ ਨੇ ਤੁਹਾਨੂੰ ਪਹਿਲੀ ਦਫ਼ਾ ਅੱਜ ਇੰਟਰਵਿਊ ਦੇ ਜ਼ਰੀਏ ਤੁਹਾਡੇ ਨਾਲ ਮੁਲਾਕਾਤ ਕੀਤੀ ਹੈ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਫਿਰ ਫਿਲਮ ਦੇ ਲਈ? ਅਤੇ ਪਲੀਜ਼ 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 ਮੇਰੀ ਫਿਲਮ ਦੇਖ ਲਈ ਦੱਸੋ ਜਾਓ। ਕਿੰਨੀ ਤਰੀਕ ਨੂੰ ਲੱਗਣੀ ਹੈ? 31 ਤਰੀਕ ਬਣਾਈ ਸੀਗੀ ਉਹ ਤੋਂ ਪਹਿਲਾਂ ਇਕਮ ਸੀਗੀ, ਤੁਸੀਂ ਡਾਇਰੈਕਟ ਕੀਤੀ ਫੁੱਲ ਫਲੈਜ ਕੇ ਨੇ, ਤਾਂ ਤੁਸੀਂ ਜਿਹੜੀ ਤੁਹਾਡੇ ਨਾਲ ਆਡੀਅੰਸ ਜੁੜੀ ਹੋਈ ਹੈਗੀ ਹੈ, ਉਹਨਾਂ ਨੂੰ ਤੁਸੀਂ ਕੀ ਕਹਿਣਾ? ਪੰਜਾਬ ਦੀ ਆਡੀਅੰਸ ਨੂੰ ਐਜ਼ ਅ ਡਾਇਰੈਕਟਰ ਵੀ ਤੁਸੀਂ ਕੀ ਕਹਿਣਾ ਚਾਹੋਗੇ, ਨੋਟ ਜਸਟ ਬਿਕੋਜ਼ ਕਿ ਇਹਨਾਂ ਫਿਰ ਇਹਨਾਂ ਦੇ ਫਿਲਮਾਂ ਡਾਇਰੈਕਟ ਕੀਤਾ, ਐਜ਼ ਅ ਡਾਇਰੈਕਟਰ ਵੀ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਮੈਨੂੰ ਲੱਗਦਾ ਕਿ ਜੋ ਮੇਰਾ ਗ੍ਰਾਫ ਹੈ, ਮੈਂ ਇਕਮ ਤੋਂ ਸ਼ੁਰੂ ਕੀਤਾ, ਇਕਮ ਸਾਡਾ ਕਨਾਉ ਜਿਉਦਾ ਲੈ ਕੇ ਆਇਆ, ਤਾਂ ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਸਮਝ ਆ ਗਈ ਹੋਣੀ ਆਡੀਅੰਸ ਨੂੰ ਕਿ ਮੇਰਾ ਟੇਸਟ ਵੀ ਥੋੜ੍ਹਾ ਡਿਫਰੈਂਟ ਹੀ ਹੈ ਜੀ, ਅਤੇ ਡਿਫਰੈਂਟ ਸਿਨੇਮਾ ਅਟੈਂਪਟ ਕਰਦਾ ਮੈਂ, ਅਤੇ ਜੇ ਉਹ ਉੱਦਾਂ ਦੀ ਫਿਲਮ ਦੇਖਣਾ ਪਸੰਦ ਕਰਦੇ ਨੇ ਤਾਂ ਡੈਫੀਨੇਟ ਉਹਨਾਂ ਲਈ ਸਾਰਾ ਕੁਝ ਹੈ ਇਸ ਫਿਲਮ 'ਚ। ਕਿਆ ਬਾਤ, ਇੱਕ ਡਿਫਰੈਂਟ ਹੈ ਅਤੇ ਐਕਸ਼ਨ ਪੈਕ ਥ੍ਰਿਲਰ ਪੋਲੀਟੀਕਲ ਇੱਕ ਫਿਲਮ ਬਣਾਈ ਅਸੀਂ ਬਹੁਤ ਵੱਡੇ ਲੈਵਲ ਦੀ, ਅਤੇ ਇੰਜੋਏ ਕਰਨਗੇ ਲੋਕ, ਔਰ ਅਸੀਂ ਸਕਰੀਨ 'ਤੇ ਇੰਨੀ ਮਿਹਨਤ ਕੀਤੀ ਹੈ ਇਸ ਫਿਲਮ 'ਤੇ, ਅਤੇ ਮੈਨੂੰ ਲੱਗਦਾ ਕਿ ਅਸੀਂ ਉਹ ਸਭ ਐਲੀਮੈਂਟਸ ਪਾਏ ਨੇ ਕਿ ਜੋ ਆਡੀਅੰਸ ਨੂੰ ਸਿਨੇਮੇ 'ਚ ਬਹਿ ਕੇ ਪਸੰਦ ਆਉਣਗੇ। ਜੀ ਬਿਲਕੁਲ, ਅਤੇ 31 ਅਕਤੂਬਰ ਨੂੰ ਫੁੱਲ ਆਫ ਐਂਟਰਟੇਨਮੈਂਟ, ਫੁੱਲ ਆਫ ਇਮੋਸ਼ਨਸ, ਫੁੱਲ ਆਫ ਡਰਾਮਾ, ਫੁੱਲ ਆਫ ਐਕਸ਼ਨ, ਮਤਲਬ ਕੰਪਲੀਟ ਪੈਕੇਜ। ਕੰਪਲੀਟ ਪੈਕੇਜ, ਕਿਆ ਬਾਤ ਹੈ। ਅੱਛਾ ਕੁਲਜਿੰਦਰ ਭਾਈ, ਤੁਹਾਡੇ ਲਈ ਇੱਕ ਸਵਾਲ ਇਹ ਹੈਗਾ ਕਿ ਜਿਹੜੀ ਬਾਹਰ ਦੀ ਆਡੀਅੰਸ ਹੈ ਉਹ ਇੱਥੇ ਦੇ ਤਾਂ ਆਪਾਂ ਵੇਖਿਆ ਪੰਜਾਬੀ ਓਬਵੀਅਸਲੀ ਜੁੜਦੇ ਨੇ, ਪਰ ਜਿਹੜੇ ਬਾਹਰ ਬੈਠੇ ਪੰਜਾਬੀ ਨੇ ਉਹ ਜਿਹੜਾ ਤੁਹਾਡਾ ਕਰੈਕਟਰ ਸਾਡਾ ਹੱਕ ਵੀ ਸੀਗਾ ਉਹਦੇ ਨਾਲ ਬਹੁਤ ਜ਼ਿਆਦਾ ਜੁੜ ਗਏ ਸੀਗੇ, ਉਹਨਾਂ ਵੱਲੋਂ ਇੱਕ ਸਪੋਰਟ ਵੀ ਸੀਗੀ, ਉਹ ਰਿਸਪੋਂਸੀਬਿਲਿਟੀ ਵੀ ਹੈਗੀ ਮੇਰੇ ਖਿਆਲ ਡੈਫੀਨੇਟਲੀ, ਤਾਂ ਤੁਸੀਂ ਜਿਹੜੀ ਉੱਧਰ ਦੀ ਆਡੀਅੰਸ ਹੈ ਉਸ ਪੁਆਇੰਟ ਆਫ ਵਿਊ ਵੀ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਫਿਰ? ਗੁਰਜੀਤ, ਬੜਾ ਅਹਿਮ ਸਵਾਲ ਕੀਤਾ ਤੁਸੀਂ, ਕਿਉਂਕਿ ਉੱਧਰ ਵਾਲੀ ਆਡੀਅੰਸ ਅਤੇ ਇੱਧਰ ਵਾਲੀ ਜਿਹੜੀ ਆਡੀਅੰਸ ਆਪਣੇ ਪੰਜਾਬ ਵਾਲੀ, ਅਤੇ ਬਾਹਰ ਬੈਠੀ 'ਚ ਬੜਾ ਫਰਕ ਹੈ, ਬਹੁਤ ਫਰਕ ਹੈ। ਮਤਲਬ ਉੱਧਰ ਵਾਲੇ ਕੰਟੈਂਟ ਭਾਲਦੇ ਨੇ, ਕੋਈ ਗੱਲ ਕਰੋ ਯਾਰ, ਕੋਈ ਮੁੱਦਾ ਹੋਣਾ ਚਾਹੀਦਾ ਸਿਨੇਮੇ ਦੇ ਵਿੱਚ, ਐਵੇਂ ਮਤਲਬ ਹੀ ਹਾਹਾ ਹੂ ਕਰਨ ਲਈ ਅਸੀਂ ਫਿਲਮਾਂ ਨਹੀਂ ਦੇਖਣੀਆਂ, ਮਤਲਬ ਐਕਚੁਅਲੀ ਦੇ ਸੇ ਲਾਈਕ ਦਿਸ। ਇੱਧਰ ਵਾਲੇ ਕਹਿੰਦੇ ਵੀ ਯਾਰ ਐਂਟਰਟੇਨਮੈਂਟ ਹੋਣੀ ਚਾਹੀਦੀ, ਭਾਅ ਜੀ ਕੋਈ ਆਈਟਮ ਸੌਂਗ ਪਾਇਆ ਜੇ, ਬਿਲਕੁਲ। ਸੋ ਉਹਨਾਂ ਦੋਨਾਂ ਦਾ ਬੈਲੈਂਸ ਅਸੀਂ ਇਸ ਵਾਰੀ ਕੋਸ਼ਿਸ਼ ਕੀਤੀ ਹੈ ਬਣਾਉਣ ਦੀ, ਟੋਟਲ ਕੰਟੈਂਟ ਰਿਚ ਫਿਲਮ ਹੈ ਵਿਦ ਫੁੱਲ ਆਫ ਐਂਟਰਟੇਨਮੈਂਟ, ਵਿਦ ਫੁੱਲ ਆਫ ਕਮਰਸ਼ੀਅਲ ਤੜਕਾ, ਜੋ ਕੁਛ ਚਾਹੀਦਾ ਹੁੰਦਾ ਇੱਕ ਫਿਲਮ ਦੇ ਵਿੱਚ, ਮਤਲਬ ਐਵਰੀਥਿੰਗ ਵੀ ਹੈਵ ਇਨ ਜੋਧਾ, ਐਂਡ ਆਮ ਸ਼ੋਰ ਕਿ ਉੱਧਰ ਅਤੇ ਇੱਧਰ ਵਾਲੀ ਆਡੀਅੰਸ ਨੂੰ ਦੋਨਾਂ ਨੂੰ ਬਰਾਬਰ ਪਸੰਦ ਆਏਗੀ ਫਿਲਮ। ਕਿਆ ਬਾਤ ਹੈ, ਵਿਸ਼ ਯੂ ਆਲ ਦਾ ਲੱਕ 31 ਅਕਤੂਬਰ ਨੂੰ। ਮੈਂ ਹਮੇਸ਼ਾ ਜਿੱਦਾਂ ਕਹਿੰਦਾ ਨਾ, ਟਰਾਲੀਆਂ ਭਰ ਭਰ ਕੇ ਲੋਕ ਪਹੁੰਚਣ, ਮੇਰਾ ਹਮੇਸ਼ਾ ਹੀ ਕਹਿਣਾ, ਕਿਉਂਕਿ ਦਿਲੋਂ ਇਹ ਹੈਗਾ ਕਿ ਪੰਜਾਬੀ ਜਿਹੜਾ ਸਿਨੇਮਾ ਹੈਗਾ ਐਟ ਦੀ ਐਂਡ ਆਫ ਦਾ ਡੇ ਪੰਜਾਬੀ ਸਿਨੇਮਾ ਅੱਗੇ ਜਾਵੇ, ਸੋ ਟਰਾਲੀਆਂ ਹਰੇਕ ਫਿਲਮ ਨੂੰ ਦੇਖਣ ਜਾਣ ਭਰ ਕੇ, ਅਤੇ ਸਰਾਹਣਾ ਉਹਨੂੰ ਹੀ ਮਿਲੇ ਜਿਹੜੀ ਡਿਜ਼ਰਵ ਕਰਦੀ ਹੈਗੀ, ਕਿ ਨਹੀਂ? ਪੁਸ਼ ਫੈਕਟਰ ਮਿਲੇ, ਤੁਹਾਡੀ ਸਾਰੀ ਟੀਮ ਨੂੰ ਮਿਲੇ, ਉੱਨਤੀ ਨੂੰ ਹੋਰ ਉੱਨਤੀ ਮਿਲੇ, ਅਤੇ ਮਨਦੀਪ ਭਾਈ ਤੁਸੀਂ ਇਸੇ ਤਰ੍ਹਾਂ ਖੂਬਸੂਰਤ ਫਿਲਮਾਂ ਅਤੇ ਵੱਖਰੇ ਟੋਪਿਕਸ ਨੂੰ ਜਿਨ੍ਹਾਂ ਦੇ ਪੰਜਾਬੀ ਯੂਥ ਮਾਣ ਕਰ ਸਕੇ, ਕੁਝ ਸਿੱਖਣ ਨੂੰ ਸਾਨੂੰ ਮਿਲ ਸਕੇ, ਅਤੇ ਜਿਹੜਾ ਤੁਹਾਡਾ ਰੂਪ ਹੈਗਾ ਸਾਨੂੰ ਹੋਰ ਵੱਖਰੇ ਵੱਖਰੇ ਤੁਹਾਡੇ ਰੂਪ ਦਿਖਦੇ ਰਹਿਣ। ਸੋ ਥੈਂਕ ਯੂ ਸੋ ਮਚ ਐਂਡ ਵਿਸ਼ ਯੂ ਆਲ ਦ ਲੱਕ, ਅਤੇ ਬਹੁਤ ਵਧੀਆ ਲੱਗਿਆ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰ। ਥੈਂਕ ਯੂ ਵੈਰੀ ਮੱਚ ਗੁਰਜੀਤ, ਲਵਲੀ ਟੋਕ, ਥੈਂਕ ਯੂ।